ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਅੱਜ ਦਾ ਮੁੱਦਾ। ਔਰ ਅੱਜ ਦਾ ਮੁੱਦਾ ਅਸੀਂ ਕਰ ਰਹੇ ਹਾਂ ਸੈਲਮਾ, ਕੈਲੀਫੋਰਨੀਆ ਵਿਖੇ, ਜਿੱਥੇ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੀ ਟੀਮ ਜਾਏਗੀ ਵੱਖ ਵੱਖ ਟਾਊਨਾਂ ਦੇ ਵਿੱਚ, ਅਤੇ ਉਸੇ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਸੈਲਮਾ, ਕੈਲੀਫੋਰਨੀਆ, ਜਿੱਥੇ ਲੋਕਲ ਜਿਹੜੇ ਵਸਨੀਕ ਨੇ ਇਸ ਟਾਊਨ ਦੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਉਹਨਾਂ ਨਾਲ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਜੋ ਕਿ ਇਸ ਟਾਊਨ ਦੇ ਵਿੱਚ ਪਿਛਲੇ ਹਾਲ ਫਿਲਹਾਲ ਦੇ ਦਿਨਾਂ ਦੇ ਵਿੱਚ ਵਾਪਰੇ ਹਨ। ਇੱਕ ਇੰਸੀਡੈਂਟ ਮੈਨੂੰ ਚੇਤੇ ਆਉਂਦਾ ਇਸ ਲੋਕਲ ਜਗ੍ਹਾ 'ਤੇ, ਜਿੱਥੇ ਇੱਕ ਫੈਮਿਲੀ ਦੇ ਨਾਲ ਅਜਿਹਾ ਕੁਝ ਹੋਇਆ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ, ਅਸੀਂ ਇਹ ਜ਼ਰੂਰ ਕਹਾਂਗੇ, ਉਹਨੇ ਅਫਵਾਹਾਂ ਦਾ ਬਾਜ਼ਾਰ ਗਰਮ ਕੀਤਾ, ਕਿਉਂਕਿ ਨਾ ਤਰਕ ਕਿਸੇ ਨੇ ਵੀ ਔਥੈਂਟੀਕੇਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਰੱਖੇ, ਔਰ ਨਾ ਹੀ ਉਹ ਸਾਰੀ ਸੱਚਾਈ ਪਤਾ ਚੱਲ ਸਕੀ। ਲੇਕਿਨ ਅੱਜ ਜਸਟ ਬ੍ਰੋਡਕਾਸਟਿੰਗ ਦੀ ਮੁਹਿੰਮ ਹੈ, ਗਰਾਊਂਡ ਲੈਵਲ 'ਤੇ ਅਸੀਂ ਉਸ ਏਰੀਆ ਦੇ ਵਿੱਚ ਪਹੁੰਚੇ ਹਾਂ, ਔਰ ਅਸੀਂ ਇੱਥੇ ਵਸਦੇ ਵਸਨੀਕਾਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਜਿਹੜਾ ਬੇਕਰ ਸਟਰੀਟ ਦੇ ਵਿੱਚ ਗੁਰਸਿੱਖ ਫੈਮਿਲੀ ਦੇ ਨਾਲ ਜੋ ਇੰਸੀਡੈਂਟ ਹੋਇਆ ਉਹ ਕਿਉਂ ਹੋਇਆ, ਔਰ ਉਹਦੇ ਕਾਰਨ ਕੀ ਸੀਗੇ, ਔਰ ਉੱਥੋਂ ਕਿਵੇਂ ਬਚਿਆ ਜਾ ਸਕਦਾ ਸੀਗਾ, ਕਿਵੇਂ ਅਸੀਂ ਆਪਣੀ ਕਮਿਊਨਿਟੀ ਨੂੰ ਸਟਰੋਂਗ ਉਸ ਟਾਈਮ ਕਰ ਸਕਦੇ ਸੀਗੇ ਤਾਂ ਕਿ ਫੈਮਿਲੀ ਨੂੰ ਔਰ ਫੈਮਿਲੀ ਦੇ ਪਰਿਵਾਰ ਦੇ ਵਿੱਚ ਹਰ ਕਿਸੇ ਨੂੰ ਸਟ੍ਰੈਸ ਫਰੀ ਕਰ ਸਕਦੇ ਸੀਗੇ। ਮੈਂਟਲ ਇਲਨੈਸ ਔਰ ਇੱਕ ਅਜਿਹਾ ਡਿਪਰੈਸ਼ਨ, ਐਸੀ ਸ਼ਬਦਾਵਲੀ ਤਾਂ ਸੁਣੀ ਹੈ ਲੇਕਿਨ ਇਸ ਗੁਰਸਿੱਖ ਫੈਮਿਲੀ ਨੇ ਇਹਨੂੰ ਆਪਣੇ ਆਪ ਤੋਂ ਝੇਲੀ ਹੈ। ਉਹ ਕਿਉਂ ਨਹੀਂ ਇਸ ਸਾਰੇ ਸ਼ਬਦਾਵਲੀ ਤੋਂ ਬਾਹਰ ਨਿਕਲ ਸਕੀ, ਕਿੱਥੇ ਕਿੱਥੇ ਕਮੀ ਰਹਿ ਗਈ। ਬਹੁਤ ਸਾਰੇ ਅਦਾਰਿਆਂ ਨੇ, ਬਹੁਤ ਸਾਰੇ ਸੰਸਥਾਵਾਂ ਨੇ, ਪੈਰੋਕਾਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਤਾਂ ਦਿੱਤੇ ਲੇਕਿਨ ਜ਼ਮੀਨੀ ਪੱਧਰ 'ਤੇ ਕੀ ਕੀਤਾ। ਜਸ ਪੰਜਾਬੀ ਅੱਜ ਇਸੀ ਗੱਲ ਨੂੰ ਔਰ ਇਸੀ ਦੀ ਛਾਨਬੀਨ ਨੂੰ ਲੈ ਕੇ ਇਨਵੈਸਟੀਗੇਟ ਕਰਨ ਦੇ ਲਈ ਪਹੁੰਚੀ ਹੈ ਤਾਂ ਕਿ ਇੱਕ ਰੋਡ ਮੈਪ ਤਿਆਰ ਹੋ ਸਕੇ ਕਿ ਸਾਨੂੰ ਸਮੇਂ ਰਹਿੰਦੇ ਕਰਨਾ ਕੀ ਚਾਹੀਦਾ ਸੀਗਾ ਔਰ ਅਸੀਂ ਕੀ ਕਰ ਸਕਦੇ ਹਾਂ ਇਨ ਫਿਊਚਰ ਜੇਕਰ ਅਜਿਹਾ ਇੰਸੀਡੈਂਟ ਕਿਸੇ ਹੋਰ ਫੈਮਿਲੀ ਦੇ ਨਾਲ ਵਾਪਰਦਾ ਹੈ। ਮੇਰੇ ਨਾਲ ਜਿਹੜੀ ਸ਼ਖਸੀਅਤਾਂ ਮੌਜੂਦ ਹਨ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਨਾਲ ਤਾਰੂਫ ਕਰਾਉਣਾ ਚਾਹੁੰਦਾ। ਮੇਰੇ ਨਾਲ ਮੌਜੂਦ ਹਨ ਅਮਰੀਕ ਸਿੰਘ ਵਿਰਕ, ਜੋ ਕਿ ਇਸ ਏਰੀਆ ਦੇ ਸਤਿ ਸ਼੍ਰੀ ਅਕਾਲ ਸਿੱਖ ਕੌਂਸਲ ਦੇ ਇੱਕ ਅਜਿਹੇ ਮੈਂਬਰ ਹਨ ਜਿਨ੍ਹਾਂ ਨੇ ਸਾਰੇ ਬੁੱਧੀਜੀਵੀਆਂ ਨੂੰ, ਥਿੰਕ ਟੈਂਕਾਂ ਨੂੰ ਨਾਲ ਜੋੜਿਆ, ਅਤੇ ਇਸ ਏਰੀਆ ਦੇ ਥਿੰਕ ਟੈਂਕ ਹਨ ਔਰ ਕਈ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰੈਜੀਡੈਂਟ ਉਹਨਾਂ ਦੇ ਲੋਕਲ ਮੈਂਬਰਸ ਨੂੰ ਨਾਲ ਲੈ ਕੇ ਚੱਲਦੇ ਹਨ ਔਰ ਇੱਕ ਰੋਡ ਮੈਪ ਕ੍ਰੀਏਟ ਕਰਦੇ ਹਨ ਕਿ ਕਮਿਊਨਿਟੀ ਨੂੰ ਕਿਸ ਤਰੀਕੇ ਨਾਲ ਪ੍ਰੋਗਰੈਸਿਵ ਇਸ ਏਰੀਆ ਦੇ ਵਿੱਚ ਕੀਤਾ ਜਾ ਸਕੇ। ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੇਰੇ ਨਾਲ ਪੈਨਲ ਦੇ ਵਿੱਚ ਮੌਜੂਦ ਹਨ ਰਾਜਵਿੰਦਰਪਾਲ ਸਿੰਘ ਬਰਾੜ, ਜੋ ਕਿ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਐਗਜ਼ੈਕਟਿਵ ਮੈਂਬਰ ਹਨ, ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ। ਮੇਰੇ ਨਾਲ ਮੌਜੂਦ ਹਨ ਗੁਰਬਚਨ ਸਿੰਘ, ਜਿਨ੍ਹਾਂ ਨੂੰ ਮਾਸਟਰ ਜੀ ਦੇ ਵਜੋਂ ਇੱਥੇ ਪਹਿਚਾਣਿਆ ਜਾਂਦਾ, ਚੇਅਰਮੈਨ ਹਨ ਗੁਰੂ ਰਵਿਦਾਸ ਸੈਲਮਾ ਗੁਰਦੁਆਰਾ ਸਾਹਿਬ ਦੇ, ਉਹ ਵੀ ਇੱਥੇ ਮੌਜੂਦ ਹਨ ਔਰ ਜਾਣਨ ਦੀ ਕੋਸ਼ਿਸ਼ ਉਹਨਾਂ ਤੋਂ ਵੀ ਕਰਾਂਗੇ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਕੀ ਅੱਜ ਇਸ ਵਿਸ਼ੇ ਦੇ ਉੱਤੇ ਰੱਖਣਗੇ। ਗੁਰਪ੍ਰੀਤ ਸਿੰਘ ਜਾਨੀ ਮੌਜੂਦ ਹਨ, ਸੋਸ਼ਲ ਐਕਟੀਵਿਸਟ ਹਨ ਇਸ ਏਰੀਆ ਦੇ ਔਰ ਚੇਅਰਮੈਨ ਵੀ ਹਨ ਕਰਮਨ ਸਕੂਲ ਦੇ, ਜਿੱਥੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾਉਣ ਦੀ ਔਰ ਪੰਜਾਬੀ ਮਾਂ ਬੋਲੀ ਨੂੰ ਇਸ ਧਰਤੀ ਦੇ ਉੱਤੇ ਕਾਇਮ ਰੱਖਣ ਦੀ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਔਰ ਕੀ ਯੋਗਦਾਨ ਪਾ ਰਹੇ ਨੇ ਔਰ ਅੱਜ ਕੀ ਵਿਚਾਰ ਉਹ ਵੀ ਰੱਖਣਗੇ, ਉਹਨਾਂ ਦੇ ਵੀ ਵਿਚਾਰ ਆਪਾਂ ਲਵਾਂਗੇ। ਮੇਰੇ ਨਾਲ ਮੌਜੂਦ ਹਨ ਗੁਰਜੰਟ ਸਿੰਘ ਗਿੱਲ, ਜੋ ਕਿ ਗੁਰਦੁਆਰਾ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਹਨ, ਉਹ ਵੀ ਸਾਡੇ ਨਾਲ ਅੱਜ ਮੌਜੂਦ ਹਨ, ਉਹਨਾਂ ਦੇ ਵੀ ਅਸੀਂ ਵਿਚਾਰ ਜ਼ਰੂਰ ਲਵਾਂਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਰਾਜਵਿੰਦਰਪਾਲ ਸਿੰਘ ਬਰਾੜ ਹੋਰਾਂ ਤੋਂ ਕਰਨਾ ਚਾਹਾਂਗਾ, ਕਿਉਂਕਿ ਲੋਕਲ ਵਸਨੀਕ ਹਨ, ਉਹਨਾਂ ਨੂੰ ਇਸ ਇੰਸੀਡੈਂਟ ਬਾਰੇ ਜ਼ਿਆਦਾ ਜਾਣਕਾਰੀ ਹੈ ਔਰ ਕੀ ਕੁਝ ਉਹ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਸ਼ੁਰੂਆਤ ਰਾਜਵਿੰਦਰ ਸਿੰਘ ਬਰਾੜ ਹੋਰਾਂ ਤੋਂ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਘਟਨਾ ਜੀ ਬਿਕਸਫੀਲਡ ਵਾਪਰੀ ਆ, ਇਹ ਬਹੁਤ ਹੀ ਦੁੱਖਦਾਈ ਅਤੇ ਇੱਕ ਕੰਪਲੀਕੇਟਡ, ਮਤਲਬ ਗੁੰਝਲਦਾਰ ਇਹ ਜਿਹੜੀ ਘਟਨਾ ਹੋਈ ਹੈ ਜੀ। ਇਹਦੇ ਵਿੱਚ ਜਿਹੜੀ ਸ਼ੁਰੂਆਤ ਜੋ ਬੱਚੇ ਨੇ ਗਲਤੀ ਕੀਤੀ ਉਹ ਤਾਂ ਹੋ ਚੁੱਕੀ ਸੀਗੀ, ਉਹ ਮਤਲਬ ਇੱਕ ਲਕੋ ਦੇ ਵਿੱਚ ਹੋਈ ਆ, ਪਰ ਜਿਹੜਾ ਉਸ ਤੋਂ ਬਾਅਦ ਜੋ ਵਾਪਰਿਆ ਉਹਨੂੰ ਅਸੀਂ ਕਮਿਊਨਿਟੀ ਲੈਵਲ 'ਤੇ ਕੰਟਰੋਲ ਕਰ ਸਕਦੇ ਸੀਗੇ, ਜੇ ਅਸੀਂ ਉਸ ਪਰਿਵਾਰ ਨਾਲ ਜਾ ਕੇ ਕੋਈ ਮਤਲਬ ਉਹਨਾਂ ਦਾ ਦੁੱਖ ਦਰਦ ਬਣਾਉਂਦੇ, ਉਹਨਾਂ ਨਾਲ ਕੋਈ ਗੱਲਬਾਤ ਕਰਦੇ, ਕਿਉਂਕਿ ਹਰੇਕ ਸ਼ਹਿਰ ਦੇ ਵਿੱਚ
दो जां तीन गुरु घर हैगे आ ते एज ए सेवादार जां एज ए मतलब एक कम्यूनिटी मैंबर सानू जदों भी कोई किसी किसी भी परिवार नाल इस तरह की कोई घटना वापरदी है सब तो पहला उन्होंने धरवास देण वास्ते जरूर मिलना चाहिए उन्हां नाल गलबात करनी चाहिए है क्योंकि जे बंदा अंदे अंदर घुटिया रहिंदा हैगा वह इस तरह के गलत डिसीजन लै लैंदा ते पर होया इस दे उल्ट मीडिया ने ते आम लोकां ने इस गल नूं बहुत उछालिया जिहदी कि मतलब जिहदा यह नतीजा निकलिया कि उन्हां नूं जिहड़ा गुरसिख सीगा उन्हूं सुसाइड करना पिया सो इस चीज़ नूं असीं रोक सकदे हां जे मिलवर्तन वधाईए एक दूजे नाल उन्हां दीआं प्रॉब्लम सुणीए ते अगले नूं यह लगे भी जदों असीं किसे नाल दुख सांझा करांगे ਉਹ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰੂ ਨਾ ਕਿ ਸਾਡੀ ਜਿਹੜੀ ਇੱਜ਼ਤ ਨੂੰ ਉਛਾਲਣ ਦੀ ਕੋਸ਼ਿਸ਼ ਕਰੂ ਜੀ ਸੋ ਇਹ ਜਿਹੜੀ ਚੀਜ਼ ਸੀਗੀ ਮਤਲਬ ਇਹ ਵਾਪਰਨ ਦਾ ਮੇਨ ਕਾਰਨ ਇਹੀ ਹੈ ਵੀ ਅਸੀਂ ਆਪਣੇ ਜਿਹੜੇ ਹੈਗੇ ਆ ਸੰਬੰਧਾਂ ਨੂੰ ਬਹੁਤਾ ਨੇੜੇ ਨਹੀਂ ਕਰ ਸਕੇ ਸੋ ਸਮੇਂ ਰਹਿੰਦੇ ਅਗਰ ਅਸੀਂ ਪਹਿਲਾਂ ਸੋਚਦੇ ਤਾਂ ਫਾਦਰ ਨੂੰ ਬਚਾਇਆ ਜਾ ਸਕਦਾ ਸੀ ਕਿੰਨੀਆਂ ਔਰਗਨਾਈਜੇਸ਼ਨ ਇੱਥੇ ਬਣੀਆਂ ਹੋਈਆਂ ਅਸੀਂ ਬੈਠੇ ਜਿਵੇਂ ਅਸੀਂ ਵੀ ਇੱਥੇ ਬੈਠੇ ਹੀ ਗੱਲ ਕਰ ਦਿੰਦੇ ਹਾਂ ਸਾਨੂੰ ਪ੍ਰੈਕਟੀਕਲੀ ਉਹਨਾਂ ਨਾਲ ਜਾ ਕੇ ਗੱਲਬਾਤ ਕਰਨੀ ਚਾਹੀਦੀ ਪਰ ਬਹੁਤੇ ਹੈਗੇ ਤਿੰਨ ਚਾਰ ਸਿੰਘ ਜਿਹੜੇ ਬਿਕਰ ਸਵੀਟ ਸੀ ਉਹਨਾਂ ਨੇ ਕਾਫੀ ਉਹਨਾਂ ਦੀ ਹੈਲਪ ਕੀਤੀ ਪਰ ਉਹ ਬਾਅਦ ਦੇ ਵਿੱਚ ਸਾਹਮਣੇ ਆਏ ਕਹਿਣ ਤੋਂ ਭਾਵ ਪਹਿਲਾਂ ਕਿਸੇ ਦੇ ਦਿਮਾਗ 'ਚ ਗੱਲ ਨਹੀਂ ਆਈ ਵੀ ਇੱਥੋਂ ਤੱਕ ਗੱਲ ਜਾ ਸਕਦੀ ਹੈ ਠੀਕ ਹੈ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਬਿਕਰ ਸਵੀਟ ਤੋਂ ਜਿਹੜੇ ਲੋਕਲ ਸਿੰਘ ਨੇ ਜਿਨ੍ਹਾਂ ਦੀ ਗੱਲ ਰਾਜਵਿੰਦਰ ਸਿੰਘ ਜੀ ਹੋਰੀ ਕਰ ਰਹੇ ਨੇ ਉਹ ਵੀ ਸਾਡੇ ਨਾਲ ਹਾਜ਼ਰੀ ਭਰਨਗੇ ਔਰ ਸ਼ਮੂਲੀਅਤ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਔਰ ਉਹ ਆਪਣੀ ਗੱਲ ਦੱਸਣਗੇ ਕਿ ਆਖਿਰਕਾਰ ਜ਼ਮੀਨੀ ਪੱਧਰ 'ਤੇ ਉੱਥੇ ਹੋਇਆ ਕੀ ਸੀਗਾ ਔਰ ਇਸ ਟਾਈਮ ਫੈਮਿਲੀ ਦੇ ਹਾਲਾਤ ਜਿਹੜੇ ਨੇ ਉਹ ਕੀ ਬਣੇ ਹੋਏ ਹਨ ਮੇਰੇ ਨਾਲ ਹੋਰ ਵੀ ਵੱਖ ਵੱਖ ਬੁੱਧੀਜੀਵੀ ਇੱਥੇ ਮੌਜੂਦ ਹਨ ਪੈਨਲਿਸਟ ਮੌਜੂਦ ਹਨ ਉਹਨਾਂ ਤੋਂ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ ਔਰ ਜਦ ਬ੍ਰੇਕ ਤੋਂ ਬਾਅਦ ਮੈਂ ਵਾਪਸ ਆਵਾਂਗਾ ਤਾਂ ਮੇਰੇ ਨਾਲ ਅਮਰੀਕ ਸਿੰਘ ਵਿਰਕ ਜੀ ਮੌਜੂਦ ਹਨ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਅੱਗੇ ਕੀ ਵਟ ਨੈਕਸਟ ਵੀ ਹੈਵ ਟੂ ਡੂ ਅਗਰ ਅਜਿਹਾ ਕੋਈ ਇੰਸੀਡੈਂਟ ਸਾਡੀ ਕਮਿਊਨਿਟੀ ਦੇ ਵਿੱਚ ਹੁੰਦਾ ਹੈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਸੀਡੈਂਟ ਗੁਰਸੁੱਖ ਫੈਮਿਲੀ ਦੇ ਨਾਲ ਹੋਇਆ ਉਹਦੀ ਇਨਵੈਸਟੀਗੇਸ਼ਨ ਲਈ ਉਹਦੇ ਉੱਤੇ ਕੀ ਜਿਹੜੇ ਪ੍ਰਤੀਕਰਮ ਵੱਖ ਵੱਖ ਸੰਸਥਾਵਾਂ ਤੋਂ ਸਾਹਮਣੇ ਆਏ ਅਸੀਂ ਉਹ ਸੋਸ਼ਲ ਮੀਡੀਆ ਦੇ ਉੱਤੇ ਦੇਖੇ ਲੇਕਿਨ ਜ਼ਮੀਨੀ ਪੱਧਰ 'ਤੇ ਅੱਜ ਜਸ ਬ੍ਰੋਡਕਾਸਟਿੰਗ ਦੀ ਟੀਮ ਪਹੁੰਚੀ ਹੈ ਔਰ ਇੱਥੇ ਦੇ ਜਿਹੜੇ ਥਿੰਕ ਟੈਂਕ ਹਨ ਇਸ ਏਰੀਆ ਦੇ ਸੈਂਟਰਲ ਕੈਲੀਫੋਰਨੀਆ ਦੇ ਉਹਨਾਂ ਨਾਲ ਅਸੀਂ ਵਿਚਾਰ ਕਰ ਰਹੇ ਹਾਂ ਅਮਰੀਕ ਸਿੰਘ ਮੇਰੇ ਨਾਲ ਮੌਜੂਦ ਹਨ ਅਮਰੀਕ ਸਿੰਘ ਜੀ ਜਨਰਲ ਸਕੱਤਰ ਹਨ ਸਿੱਖ ਕੌਂਸਲ ਆਫ ਅਮੈਰੀਕਾ ਦੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਐਜੂਕੇਸ਼ਨ ਦੀ ਤਾਂ ਗੱਲ ਕਰਦੇ ਹਾਂ ਕਿ ਅਸੀਂ ਬੱਚਿਆਂ ਨੂੰ ਧਾਰਮਿਕ ਸੰਸਥਾਵਾਂ ਦੇ ਉੱਤੇ ਗੁਰੂ ਘਰਾਂ ਦੇ ਉੱਤੇ ਪੰਜਾਬੀ ਮਾਂ ਬੋਲੀ ਨਾਲ ਜੋੜ ਰਹੇ ਹਾਂ ਗੱਤਕੇ ਦੇ ਨਾਲ ਜੋੜ ਰਹੇ ਹਾਂ ਸਾਡੀ ਵਿਰਾਸਤ ਦੇ ਨਾਲ ਜੋੜ ਰਹੇ ਹਾਂ ਲੇਕਿਨ ਅਜਿਹਾ ਇੰਸੀਡੈਂਟ ਕਿਉਂ ਹੋਇਆ ਔਰ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਸੀਗਾ ਜੇਕਰ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਅਤੇ ਅਮਰੀਕ ਸਿੰਘ ਜੀ ਕੀ ਤੁਹਾਨੂੰ ਲੱਗਦਾ ਪਹਿਲਾਂ ਤਾਂ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰੋਬਲਮ ਹੈ ਇਹ ਸਿਰਫ ਅਤੇ ਸਿਰਫ ਪੰਜਾਬੀਆਂ ਨਾਲ ਨਹੀਂ ਬਲਕਿ ਸਾਰੇ ਜਿਹੜੇ ਹਿੰਦੁਸਤਾਨੀ ਭਾਈਚਾਰਾ ਖਾਸ ਕਰਕੇ ਉਹਦੇ ਨਾਲ ਜੁੜੀ ਹੋਈ ਹੈ ਪਹਿਲੀ ਗੱਲ ਤਾਂ ਇਹ ਹੈਗੀ ਹੈ ਇਹਦੇ ਬਹੁਤ ਸਾਰੇ ਪਹਿਲੂ ਨੇ ਸਿਰਫ ਇੱਕ ਸਮੱਸਿਆ ਨਹੀਂ ਸਮੱਸਿਆਵਾਂ ਬਹੁਤ ਹੈਗੀਆਂ ਨੇ ਪਰ ਇਹ ਇੱਕ ਅਜਿਹੀ ਸਮੱਸਿਆ ਹੈਗੀ ਹੈ ਜਿਹੜੀ ਬੜੀ ਗੰਭੀਰ ਹੈ ਔਰ ਜਦੋਂ ਸਾਡੇ ਕੋਲ ਇਹ ਖਬਰਾਂ ਪਹੁੰਚੀਆਂ ਜਗਸੀਰ ਸਿੰਘ ਹੁਣਾਂ ਦਾ ਸੁਇਸਾਈਡ ਕਰ ਲੈਣਾ ਅਤੇ ਉਸ ਪਰਿਵਾਰ ਦੇ ਉੱਤੇ ਇਹ ਸਾਰਾ ਕੁਝ ਵਾਪਰਨਾ ਉਹਦੇ ਨਾਲ ਸਾਰੇ ਜਗਤ ਦਾ ਖਾਸ ਕਰਕੇ ਸਿੱਖ ਜਗਤ ਦਾ ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ ਉਹਨਾਂ ਸਾਰਿਆਂ ਦਾ ਬਲਕਿ ਸਾਰੇ ਹਿੰਦੁਸਤਾਨੀਆਂ ਦਾ ਹੀ ਜਿਹੜਾ ਹਿਰਦਾ ਉਹ ਵਲੂੰਦ ਰਿਹਾ ਗਿਆ ਬੜਾ ਦੁੱਖ ਹੋਇਆ ਸਾਰਿਆਂ ਨੂੰ ਅਤੇ ਇਹ ਇੱਕ ਅਜਿਹੀ ਘਟਨਾ ਹੈ ਜਿਹਦੇ ਤੋਂ ਸਾਨੂੰ ਸਾਰਿਆਂ ਨੂੰ ਸਬਕ ਵੀ ਲੈਣਾ ਚਾਹੀਦਾ ਅਸੀਂ ਬਾਹਰ ਦੇ ਦੇਸ਼ਾਂ ਦੇ ਵਿੱਚ ਆ ਕੇ ਆਪਣੇ ਗੁਜ਼ਰ ਲਈ ਆਪਣੇ ਰੋਟੀ ਦੇ ਲਈ ਸਾਰਾ ਕੁਝ ਕਰਨ ਲਈ ਅਸੀਂ ਇੱਥੇ ਆਉਂਦੇ ਹਾਂ ਅਤੇ ਆ ਕੇ ਇੱਥੇ ਵੱਸ ਜਾਂਦੇ ਹਾਂ ਲੇਕਿਨ ਉਹਦਾ ਜਿਹੜਾ ਬੇਸਿਕ ਰੀਜ਼ਨ ਹੈ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਉਹ ਹੈ ਸਾਡਾ ਜਿਹੜੀਆਂ ਵੈਲਿਊਜ਼ ਈਸਟ ਐਂਡ ਵੈਸਟ
ਪੂਰਬ ਅਤੇ ਪੱਛਮ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਬੜੀਆਂ ਅਲੱਗ ਨੇ। ਅਸੀਂ ਬਹੁਤ ਦੇਰ ਤੋਂ ਜਿਹੜਾ ਈਸਟ ਹੈ, ਖਾਸ ਕਰਕੇ ਪੰਜਾਬ ਦਾ ਖਿੱਤਾ ਅਤੇ ਬਹੁਤ ਸਾਰੇ ਹੋਰ ਵੀ ਰਾਜਾਂ ਦੇ ਵਿੱਚੋਂ ਅਸੀਂ ਬਾਹਰ ਆ ਕੇ ਵਸਣਾ ਸ਼ੁਰੂ ਕਰ ਦਿੱਤਾ ਬੜੀ ਦੇਰ ਤੋਂ। ਪਹਿਲਾਂ ਛੋਟੇ ਛੋਟੇ ਮੁਲਕਾਂ ਦੇ ਵਿੱਚ, ਬਰਮਾ ਦੇ ਵਿੱਚ ਆਉਣੇ ਸ਼ੁਰੂ ਹੋਏ, ਫਿਰ ਨਿਊਜ਼ੀਲੈਂਡ ਵਗੈਰਾ ਦੇ ਵਿੱਚ ਆਉਣਾ ਸ਼ੁਰੂ ਹੋ ਗਏ। ਸਾਰੇ ਆਏ ਉੱਥੇ ਆ ਕੇ ਉਹਨਾਂ ਲੋਕਾਂ ਨੇ ਆਪਣੀਆਂ ਵੈਲਿਊਜ਼ ਜਿਹੜੀਆਂ ਉਹਨਾਂ ਨੂੰ ਕਾਇਮ ਰੱਖਿਆ, ਜਿਹੜੇ ਉਹਨਾਂ ਦੇ ਜਿਹੜੀਆਂ ਵੈਲਿਊਜ਼ ਜਿੱਥੇ ਜਿੱਥੇ ਅਸੀਂ ਬਾਅਦ ਦੇ ਵਿੱਚ ਯੂਰਪ ਦੇ ਵਿੱਚ, ਖਾਸ ਕਰਕੇ ਬ੍ਰਿਟੇਨ ਦੇ ਵਿੱਚ ਅਸੀਂ ਸਾਡੇ ਲੋਕ ਆ ਕੇ ਸੈਟਲ ਹੋਏ। ਉਸ ਤੋਂ ਬਾਅਦ ਜਿਹੜਾ ਸੀ, ਜਿਹੜੇ ਸਾਡੇ ਗਦਰੀ ਬਾਬੇ ਸੀ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕ, ਉਹ ਇੱਥੇ ਅਮੈਰੀਕਾ ਦੇ ਵਿੱਚ ਆ ਕੇ ਸੈਟਲ ਹੋਏ। ਉਸ ਵੇਲੇ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਅਲੱਗ ਸੀ। ਹੁਣ ਜਿਹੜਾ ਮੀਡੀਆ ਇੰਨਾ ਡਿਵੈਲਪ ਹੋ ਚੁੱਕਾ, ਸਾਰੇ ਦੇਸ਼ ਸਾਇੰਸ ਇੰਨੀ ਡਿਵੈਲਪ ਹੋ ਚੁੱਕੀ ਆ, ਸਾਡੀਆਂ ਜਿਹੜੀਆਂ ਸਮੱਸਿਆਵਾਂ ਵੀ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਅਸੀਂ ਜਿਹੜੀਆਂ ਇੱਥੇ ਦੀਆਂ ਵੈਲਿਊਜ਼ ਨੇ, ਜਿਹੜੇ ਪਹਿਲੀ ਜਨਰੇਸ਼ਨ ਵਾਲੇ ਲੋਕ ਹੈ, ਉਹਨਾਂ ਨੂੰ ਉਹ ਨਾ ਅਡੋਪਟ ਕਰ ਸਕਦੇ ਨੇ, ਨਾ ਉਹਨਾਂ ਨੂੰ ਡਾਈਜੈਸਟ ਕਰ ਸਕਦੇ ਨੇ। ਉਹਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਉੱਤੇ, ਕਿਉਂਕਿ ਉਹ ਸਕੂਲਾਂ 'ਚ ਜਾਂਦੇ ਨੇ, ਇੰਗਲਿਸ਼ ਪੜ੍ਹਦੇ ਨੇ, ਉਹਨਾਂ ਨੇ ਇੱਥੇ ਦੀਆਂ ਵੈਲਿਊਜ਼ ਉਹਨਾਂ ਨੂੰ ਦੇਖਦੇ ਨੇ, ਉਹਦੇ ਨਾਲ ਸਾਨੂੰ, ਅਗਰ ਅਸੀਂ ਇਸ ਚੀਜ਼ 'ਤੇ ਸਤਰਕ ਨਹੀਂ ਹੁੰਦੇ, ਸਾਨੂੰ ਸਤਰਕ ਹੋਣਾ ਪਏਗਾ ਕਿ ਅਸੀਂ ਉਹਨਾਂ ਨੂੰ ਆਪਣੀਆਂ ਵੈਲਿਊਜ਼ ਨਾਲ ਦ੍ਰਿੜ ਕਰਵਾਈਏ। ਨਹੀਂ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਅੰਦਰ ਆ ਰਹੀਆਂ ਨੇ ਔਰ ਸਾਡੀਆਂ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਨੇ ਇਹ ਵੱਧਦੀਆਂ ਜਾਣੀਆਂ ਨੇ। ਔਰ ਆਹ ਜਿਹੜੀ ਸਾਡੇ ਨਾਲ ਘਟਨਾ ਵਾਪਰੀ ਹੈ, ਇਹ ਇੱਕ ਬਹੁਤ ਵੱਡਾ ਐਕਸਟ੍ਰੀਮ ਹੋਇਆ ਜਿਹਦੇ ਵਿੱਚ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਆ ਉਹ ਖੇਰੂ ਖੇਰੂ ਹੋ ਗਿਆ, ਤਬਾਹ ਹੋ ਗਿਆ। ਉਸ ਨੂੰ ਉਹ ਘੋਖਿਆ ਜਾਣਾ ਚਾਹੀਦਾ ਸੀ, ਉਹਦੇ ਪਿੱਛੇ ਲੱਗ ਕੇ ਕੁਛ ਨਾ ਕੁਛ ਕਰਨਾ ਚਾਹੀਦਾ ਸੀ। ਸਾਡੇ ਸੱਜਣ ਹੈਗੇ ਨੇ, ਪਰ ਉਹ ਕਈ ਕਾਰਨਾਂ ਕਰਕੇ ਉਹਦੇ ਉੱਤੇ ਪ੍ਰੋਪਰ ਟਾਈਮ 'ਤੇ, ਜਿਸ ਤਰ੍ਹਾਂ ਬਰਾੜ ਸਾਹਿਬ ਨੇ ਦੱਸਿਆ, ਐਕਸ਼ਨ ਨਹੀਂ ਹੋ ਸਕਿਆ। ਇਸ ਕਰਕੇ ਇਹ ਘਟਨਾ ਜਿਹੜੀ ਹੈ ਉਹ ਵਾਪਰ ਗਈ। ਵਿਰਕ ਸਾਹਿਬ, ਇੱਥੇ ਇੱਕ ਸਵਾਲ ਜ਼ਰੂਰ ਬਣਦਾ, ਤੁਸੀਂ ਕਿਹਾ ਕਿ ਇਹ ਘਟਨਾ ਵਾਪਰ ਗਈ, ਤੁਹਾਨੂੰ ਲੱਗਦਾ ਕਿ ਅਜੇ ਵੀ ਸਾਡੀ ਕਮਿਊਨਿਟੀ ਦੇ ਵਿੱਚ ਉਹ ਕੰਜ਼ਰਵੇਟਿਵ ਸੋਚ ਹੈਗੀ ਹੈ ਕਿ ਅਸੀਂ ਉਸ ਗੱਲ ਨੂੰ ਉਜਾਗਰ ਨਹੀਂ ਕਰਦੇ ਕਿਉਂਕਿ ਲੱਗਦਾ ਕਿ ਬਦਨਾਮੀ ਹੋ ਜਾਏਗੀ ਔਰ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਬਦਨਾਮ ਹੋ ਜਾਵਾਂਗੇ? ਜਿਵੇਂ ਹੁਣ ਗੋਰੇ ਕਾਲੇ ਜਿਹੜੀ ਹੋਰ ਕਮਿਊਨਿਟੀ ਹੈ ਉਹ ਬੜੇ ਓਪਨ ਨੇ ਇਹਨਾਂ ਗੱਲਾਂ ਨੂੰ ਲੈ ਕੇ, ਇਸ ਕਰਕੇ ਉਹ ਅਜਿਹੇ ਸਟੈਪਸ ਨਹੀਂ ਚੁੱਕਦੇ, ਅਤੇ ਕੀ ਕਾਰਨ ਤੁਹਾਨੂੰ ਲੱਗਦਾ ਔਰ ਸਾਨੂੰ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ? ਬੇਸਿਕਲੀ ਆਹਲੂਵਾਲੀਆ ਸਾਹਿਬ ਜਿਹੜੀ ਨਾ ਸਾਡੀ ਪਹਿਲੀ ਜਨਰੇਸ਼ਨ ਹੈਗੀ ਹੈ ਜੀ, ਸਾਤੋਂ ਅੱਗੇ ਵੀ ਆਉਣ ਵਾਲੀ ਅਗਲੀ ਜਨਰੇਸ਼ਨ ਜਿਹੜੇ ਅਰਾਊਂਡ 40 ਈਅਰਸ ਐਂਡ ਪਾਰਟੀਕੁਲਰਲੀ ਉਹ ਲੋਕ ਜਿਹੜੇ ਹੁਣੇ ਹੁਣੇ ਪਿਛਲੇ 2-4 ਸਾਲਾਂ ਵਿੱਚ ਆਪਣੇ ਦੇਸ਼ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਆ ਕੇ ਵੱਸਦੇ ਨੇ, ਉਹਨਾਂ ਨੂੰ ਜਿਹੜੀਆਂ ਉਹ ਵੈਲਿਊਜ਼ ਜਿਹੜੀਆਂ ਉਹ ਡਾਈਜੈਸਟ ਕਰਨੀਆਂ, ਅਬਜ਼ੋਰਵ ਕਰਨੀਆਂ ਬਹੁਤ ਮੁਸ਼ਕਲ ਲੱਗਦੀਆਂ ਨੇ ਔਰ ਉਹ ਉਹਨਾਂ ਦੇ ਖਿਲਾਫ ਖੜ੍ਹੇ ਹੁੰਦੇ ਨੇ। ਲੇਕਿਨ ਉਹਨਾਂ ਨੇ ਉਹਦੇ 'ਚ ਸਾਡੇ ਵਿੱਚ ਇਹ ਕਮੀ ਰਹਿ ਜਾਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਉੱਤੇ ਅਸੀਂ ਕੰਟਰੋਲ ਕਰਨ ਦਾ ਜਾਂ ਉਹਨਾਂ ਨੂੰ ਇਹਨਾਂ ਵੈਲਿਊਜ਼ ਨੂੰ ਔਰ ਆਪਣੀਆਂ ਵੈਲਿਊਜ਼ ਨੂੰ ਦੱਸਣ 'ਚ ਫੇਲ ਹੋ ਰਹੇ ਹਾਂ ਕਿਉਂਕਿ ਅਸੀਂ ਬੱਚਿਆਂ ਦੇ ਨਾਲ ਜਿਹੜੀ ਸਾਡਾ ਰਾਬਤਾ ਨਹੀਂ ਕਾਇਮ ਹੋ ਰਿਹਾ। ਅਸੀਂ ਉਹ ਬੱਚਿਆਂ ਨੂੰ ਸਕੂਲ ਭੇਜ ਦਿੰਦੇ ਹਾਂ ਅਤੇ ਆਪ ਮਾਂ ਬਾਪ ਜਿਹੜੇ ਕੰਮ 'ਤੇ ਚਲੇ ਜਾਂਦੇ ਨੇ, ਉਹਨਾਂ ਦੀਆਂ ਆਪਣੀਆਂ ਪੁਰਾਣੀਆਂ ਵੈਲਿਊਜ਼ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਤੁਰੇ ਫਿਰਦੇ ਰਹਿੰਦੇ ਨੇ ਅਤੇ ਉਹ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ, ਅਗਰ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਜਿਹੜੇ ਪਾਏ ਕਾਰਨਾਮੇ ਪੂਰਨੇ ਹੈਗੇ ਉਹਨਾਂ 'ਤੇ ਉਹਨਾਂ ਦੇ ਬੱਚੇ ਵੀ ਚੱਲਣ ਅਤੇ ਉਹਨਾਂ ਦੇ ਨਾਲ ਰਾਬਤਾ ਉਹਨਾਂ ਨੂੰ ਕਾਇਮ ਕਰਨਾ ਪਏਗਾ ਤਾਂ ਕਿ ਉਹਨਾਂ ਨੂੰ ਦੱਸ ਸਕਣ ਵੀ ਭਾਈ ਅਸੀਂ ਆਹ ਚੀਜ਼ ਹੈਗੀਆਂ। ਔਰ ਉਹ ਚੀਜ਼ ਜਿਹੜੀ ਹੈ ਜਦ ਤੱਕ ਇਨਸਾਨ ਜਿੰਦਾ ਤਾਂ ਉਹਦੇ ਵਿੱਚੋਂ ਨਹੀਂ ਨਿਕਲ ਸਕਦੀ, ਲੇਕਿਨ ਫਿਰ ਵੀ ਸਾਨੂੰ ਉਹਨਾਂ ਦਾ, ਬੱਚਿਆਂ ਦਾ ਜਿਹੜਾ ਹੈਗਾ ਭਵਿੱਖ ਹੈ ਉਹਨੂੰ ਦੇਖਣਾ ਪਏਗਾ ਔਰ ਉਹਨਾਂ ਦੇ ਨਾਲ ਇੱਕ ਰਾਬਤਾ, ਉਹਨਾਂ ਦੇ ਨਾਲ ਡਾਇਲੋਗ ਕਾਇਮ ਕਰਨਾ ਪਏਗਾ ਤਾਂ ਕਿ ਉਹ ਇਹ ਗੱਲਾਂ ਜਿਹੜੀਆਂ ਨੇ ਨਾ ਉਹ ਉਹਨਾਂ ਨੂੰ ਸਮਝ ਸਕਣ ਕਿ ਬਈ ਅਸੀਂ ਕਰਨਾ ਕੀ ਹੈ, ਸਾਡਾ ਪਿਛੋਕੜ ਕੀ ਹੈ ਅਤੇ ਅਸੀਂ ਅਗਾਂਹਲੀ ਲਾਈਫ ਦੇ ਵਿੱਚ ਕਿਵੇਂ ਇਸ ਚੀਜ਼ ਤੋਂ ਕਿਵੇਂ ਬਚਣਾ ਹੈਗਾ ਇਹਨਾਂ ਚੀਜ਼ਾਂ ਤੋਂ। ਅਤੇ ਜਿਵੇਂ ਸਾਨੂੰ ਅਮਰੀਕ ਸਿੰਘ ਵਿਰਕ ਜੀ ਹੋਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਰਾਬਤਾ ਕਾਇਮ ਕਰਨਾ ਪਏਗਾ ਆਪਣੇ ਮਾਂ ਪਿਓ ਦੇ ਨਾਲ, ਲੇਕਿਨ ਜਿਹੜੇ ਬੱਚੇ ਰਾਬਤਾ ਕਾਇਮ ਕਰ ਵੀ ਲੈਂਦੇ ਹਨ, ਮਾਂ ਪਿਓ ਫਿਰ ਉਹਨੂੰ ਨਹੀਂ ਦੱਸ ਪਾਉਂਦੇ ਕਮਿਊਨਿਟੀ ਦੇ ਵਿੱਚ। ਇੱਕ ਵੱਡਾ ਸਵਾਲ ਇੱਥੇ ਇਹ ਵੀ ਬਣਦਾ, ਮਾਂ ਪਿਓ ਨੂੰ ਲੱਗਦਾ ਕਿ ਅਸੀਂ ਬਦਨਾਮ ਹੋਵਾਂਗੇ ਕਿ ਸਾਡੇ ਬੱਚੇ ਨੇ ਕਿਆ ਕੀ ਕਰ ਦਿੱਤਾ। ਲੇਕਿਨ ਅੱਜ ਇਸ ਡਾਇਲੋਗ ਦੇ ਵਿੱਚ, ਅੱਜ ਜਸ ਬ੍ਰੋਡਕਾਸਟਿੰਗ ਦੀ ਮੁਹਿੰਮ ਹੈ
कि एक रोड मैप तैयार किया जा सके, जिहड़े बुद्धिजीवी इस जिहड़े थिंक टैंक इस लोकल एरिया दे विच रहिंदे हन उन्होंने हुण गां की सोचिया, वट नैक्सट असीं पुछ रहे हैं। तो अज तैयारी इत्थे आ हो रही है कि एक कौंसिल बनाया जाए जिहदे विच डॉक्टर्स होण, जिहदे विच मोटिवेशनल स्पीकरस होण, जिहदे विच कौंसलिंग मैंबरस होण जो कि मापियां नूं गाइड कर सकन और कॉन्फिडेंशियल तरीके नाल, ताकि उन्हां दी घर दी जिहड़ी समस्या हैगी है वह बाहर ना जा सके। एक अजिहा कौंसिल बनाउण दी लोड़ है। लेकिन सवाल इत्थे वड्डे ए वी खड़े होंदे हन, वख-वख कौंसिल बन चुके हैं, वख-वख अदायरे बन चुके हैं, वख-वख गुरुद्वारा साहिब तां असीं निर्माण कर रहे हैं, वख-वख असीं होर कम्यूनिटी नूं स्ट्रोंग करन दे लई आपां ऑर्गनाइजेशन फॉर्म कर रहे हैं। लेकिन वह ऑर्गनाइजेशन किस काम दी जद वह अजिही इंसीडेंट नूं ना ख़त्म कर सके, फैमिली नूं स्ट्रेस फ्री ना कर सके। अज जो इस फैमिली दे नाल होया कल नूं किसी भी फैमिली दे नाल हो सकता है। गुरजंट सिंह गिल मेरे नाल मौजूद हैं जो कि गुरद्वारा साहिब दे चेयरमैन हैं और बच्चों नूं सिक्ख्या प्राप्त कराते हैं गुरद्वारा साहिब दे विच, उन्हां दा तां राबता कायम है बच्चों दे नाल। उन्होंने इस इंसीडेंट तो की स्टैप लिता और गां वो की स्टैप लैणगे? गुरजंट सिंह गिल, मैं तुहाडे तों जरूर जानना चाहवांगा। ਖਰਨ ਗੁਰਦੁਆਰਾ ਸਾਹਿਬ ਆਨੰਦਗੜ੍ਹ ਸਾਹਿਬ ਖਰਨ ਕੈਲੀਫੋਰਨੀਆ ਦੇ ਕਮੇਟੀ ਪ੍ਰਧਾਨ ਨੇ ਅਤੇ ਨਾਲ ਅਸੀਂ ਪਿਛਲੇ 4 ਸਾਲ ਤੋਂ ਪੰਜਾਬੀ ਸਕੂਲ ਚਲਾ ਰਹੇ ਹਾਂ। ਜਿਵੇਂ ਨਾ ਵਿਰਕ ਸਾਹਿਬ ਨੇ ਕਿਹਾ, ਜਿਵੇਂ ਤੁਸੀਂ ਹਰਗੀਤ ਜੀ ਨੂੰ ਕਿਹਾ ਵੀ ਸਾਨੂੰ ਰਾਬਤਾ ਜਿਹੜਾ ਕਾਇਮ ਕਰਨਾ ਪੈਣਾ ਬੱਚਿਆਂ ਦੇ ਨਾਲ। ਕਈ ਵਾਰੀ ਬੱਚੇ ਜਿਹੜੇ ਹੈਗੇ ਨੇ, ਜਿਹੜੇ ਕਿ ਸੈਕਿੰਡ ਜਾਂ ਥਰਡ ਜਨਰੇਸ਼ਨ ਵੀ ਆ ਗਈ ਹੁਣ, ਉਹ ਆਪਣੇ ਪੇਰੈਂਟਸ ਨਾਲ ਨਹੀਂ ਸ਼ੇਅਰ ਕਰ ਸਕਦੇ ਜੋ ਕਿ ਉਹ ਟੀਚਰਾਂ ਨੂੰ ਕਰ ਸਕਦੇ ਨੇ। ਅਤੇ ਉਹ ਕਈ ਵਾਰ ਸਾਨੂੰ ਉੱਥੋਂ ਪਤਾ ਲੱਗਾ, ਟੀਚਰਾਂ ਤੋਂ ਆ ਕੇ ਦੱਸਦੇ ਨੇ ਵੀ ਅਸੀਂ ਆਹ ਕਰਨਾ ਚਾਹੁੰਦੇ, ਸਾਡੇ ਪੇਰੈਂਟਸ ਅਲਾਓ ਨਹੀਂ ਕਰਦੇ ਨੇ, ਹੈ ਜੀ। ਕਰਕੇ ਉਹਨਾਂ ਨੂੰ ਜ਼ਰੂਰ ਓਪਨ ਹੋਣਾ ਪੈਣਾ ਵੀ, ਜਿਵੇਂ ਪਹਿਲਾਂ ਤੁਸੀਂ ਕਿਹਾ ਵੀ ਕੰਸਰਵੇਟਿਵ ਜਿਹੜੀ ਸੋਚ ਆ ਉਹ ਤੁਹਾਨੂੰ ਛੱਡਣੀ ਪੈਣੀ ਆ। ਹੁਣ ਛੱਡ ਦਿਓ, ਜੇਕਰ ਉਹ ਵੀ ਅਸੀਂ ਨਹੀਂ ਛੱਡਣੀ ਗੀ, ਹੋਰ 10 ਸਾਲ ਵੀ ਛੱਡਣੀ ਪੈਣੀ। ਉਹ ਵੈਲਿਊ ਜ਼ਰੂਰ ਕਾਇਮ ਰੱਖੋ, ਇਸ ਨਹੀਂ ਗੱਲ। ਅੱਜ ਤੋਂ 2 ਸਾਲ ਪਹਿਲਾਂ ਅਸੀਂ ਇੱਕ ਕਰਮਨ ਪੰਜਾਬੀ ਸਕੂਲ ਦਾ ਉੱਥੇ ਈਅਰ ਐਂਡ ਇਵੈਂਟ ਕਰਾਇਆ ਸੀ। ਉੱਥੇ ਅਸੀਂ ਲੋਕਲ ਚੈਂਬਰ ਆਫ ਕਾਮਰਸ ਦੀ ਚੇਅਰਮੈਨ ਬਣਾਈ ਬੁਲਾਈ ਸੀਗੀ। ਉਹਦਾ ਬੈਕਗਰਾਊਂਡ ਜਰਮਨ ਸੀਗਾ। ਉਹ ਬੜੀ ਖੁਸ਼ ਹੋਈ ਦੇਖ ਕੇ ਉੱਥੇ ਬੱਚਿਆਂ ਨੂੰ, ਕਹਿੰਦੀ ਵੀ ਮੈਂ ਜਰਮਨ ਮੇਰਾ ਉੱਥੋਂ ਆਈ ਹਾਂ, ਪਰ ਮੈਂ ਆਪਣੀ ਜਿਹੜੀ ਹੈਗੀ ਆ ਉਹ ਹੈਰੀਟੇਜ ਨਹੀਂ ਉਹਨੂੰ ਕਾਇਮ ਰੱਖ ਸਕੀ। ਮੈਨੂੰ ਬੜੀ ਖੁਸ਼ੀ ਹੋਈ, ਛੋਟੇ ਛੋਟੇ ਬੱਚੇ ਵੀ ਪੰਜਾਬੀ ਸੂਟ ਪਾਈ ਫਿਰਦੇ, ਪੰਜਾਬੀ ਡਰੈਸ ਪਾਈ ਫਿਰਦੇ, ਬੜੀ ਖੁਸ਼ੀ ਆ। ਪਰ ਗੱਲ ਸਾਹਿਬ ਤੁਹਾਡੀ, ਮੈਂ ਤੁਹਾਨੂੰ ਇੰਟਰਪਟ ਕਰਾਂਗਾ, ਲੇਕਿਨ ਮੈਨੂੰ ਇੱਕ ਗੱਲ ਚੇਤੇ ਆਈ ਹੈ ਤੁਹਾਡੀ ਗੱਲ ਤੋਂ। ਹਾਂਜੀ, ਅਸੀਂ ਰਿਪੋਰਟ ਵੀ ਇੱਕ ਦੇਖੀ ਸੀਗੀ। ਹਾਂਜੀ, ਨਿਊਯਾਰਕ ਤੋਂ, ਟ੍ਰਾਈ ਸਟੇਟ ਤੋਂ ਕਈ ਰਿਪੋਰਟਾਂ ਸਾਹਮਣੇ ਆਈਆਂ, ਸਦਰਨ ਕੈਲੀਫੋਰਨੀਆ ਤੋਂ, ਨਾਰਦਰਨ ਕੈਲੀਫੋਰਨੀਆ ਤੋਂ, ਸੈਂਟਰਲ ਕੈਲੀਫੋਰਨੀਆ ਤੋਂ ਵੀ ਰਿਪੋਰਟਾਂ ਸਾਹਮਣੇ ਆਈਆਂ ਕਿ ਬੱਚਿਆਂ ਨੂੰ ਅਸੀਂ ਜ਼ਬਰਦਸਤੀ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਾਂ ਕਿ ਤੁਸੀਂ ਮਾਂ ਬੋਲੀ ਸਿੱਖੋ, ਟਰਬਨ ਬਣੋ, ਔਰ ਜਿਸ ਕਰਕੇ ਕਈ ਬੱਚਿਆਂ ਨੇ ਗਾਹਾਂ ਸੁਸਾਈਡ ਵੀ ਕਰ ਲਿਆ। ਅਤੇ ਤੁਹਾਨੂੰ ਕੀ ਲੱਗਦਾ ਸਾਨੂੰ ਕਿਹੜੇ ਸਟੈਪਸ ਦੀ ਲੋੜ ਹੈਗੀ ਹੈ ਕਿ ਬੱਚਿਆਂ ਨੂੰ ਅਸੀਂ ਜਿਹੜਾ ਮੈਂਟਲ ਪ੍ਰੈਸ਼ਰ ਹੈ ਉਹ ਕ੍ਰੀਏਟ ਨਾ ਕਰੀਏ, ਤਾਂ ਕਿ ਉਹ ਆਪਣੀ ਸਿੱਖੀ ਵੀ ਅਪਣਾ ਲੈਣ ਔਰ ਸੁਸਾਈਡ ਵੀ ਨਾ ਕਰਨ? ਬਿਲਕੁਲ, ਤੁਹਾਡੀ ਗੱਲ ਠੀਕ ਹੈ, ਇਹ ਬਹੁਤ ਗੁੱਡ ਪੁਆਇੰਟ ਹੈ ਤੁਹਾਡਾ। ਇਨਫੋਰਸ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਵੀ ਤੁਸੀਂ ਸਿੱਖੀ ਪੱਗ ਬੰਨੋ ਜਾਂ ਅੰਮ੍ਰਿਤ ਛਕੋ, ਜਦੋਂ ਉਹ ਵੱਡੇ ਹੋ ਕੇ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਨੌਲੇਜ ਹੈ। ਕਰਕੇ ਸਭ ਕੁਛ ਅੱਜ ਕੱਲ੍ਹ ਇੰਟਰਨੈਟ ਦੇ ਅਵੇਲੇਬਲ ਹੈਗਾ ਆ। ਹੈ ਵੀ ਜੇ ਕੋਈ ਪਿੱਛੋਂ ਵਿਆਹ ਸ਼ਬਦ ਸੁਣਨਾ ਉਹ ਕਹਿੰਦੇ ਹੁਣੇ ਕੱਢ ਦਿੰਦੇ ਸੀ ਇੰਟਰਨੈਟ ਤੋਂ, ਹੈ ਜੀ। ਇਹ ਬਿਲਕੁਲ ਖਾਸ ਕਰਕੇ ਛੋਟੇ ਬੱਚਿਆਂ 'ਤੇ ਤੁਹਾਨੂੰ ਇਹ ਉਹਨਾਂ ਕੰਪੈਲਿੰਗ ਕਰਨਾ ਚਾਹੀਦਾ ਵੀ ਤੁਸੀਂ ਇਹ ਸਿੱਖੀ ਵੈਲਿਊ ਕਾਇਮ ਰੱਖੋ। ਹਾਂ, ਜ਼ਰੂਰ ਰੱਖੋ, ਐਸੀ ਗੱਲ ਨਹੀਂ, ਰੱਖਣੀ ਚਾਹੀਦੀ ਹੈ। ਪਰ ਜੋ ਨਹੀਂ ਚਾਹੁੰਦੇ, ਅੰਡਰ ਪੀਅਰ ਪ੍ਰੈਸ਼ਰ ਨੇ, ਜਿਵੇਂ ਇਹਨਾਂ ਨੇ ਕਿਹਾ ਵੀ ਉਹ ਸਕੂਲ ਜਾਂਦੇ ਨੇ, 7 ਘੰਟੇ ਸਕੂਲ ਆ ਕੇ ਆਉਂਦੇ ਨੇ, ਉੱਥੇ ਇੱਕ ਦੁਨੀਆ ਹੋਰ ਇੱਕ ਘਰ ਆਉਂਦੇ ਦੁਨੀਆ ਹੋਰ ਆ, ਤਰੇ ਘਰੇ ਦਾਦਾ ਦਾਦੀ ਆ, ਨਾਨਾ ਨਾਨੀ ਜਾਂ ਤਾਇਆ ਤਾਈ ਜਾਂ ਚਾਚਾ ਚਾਚੀ, ਉਹ ਕੁਛ ਹੋਰ ਕਹਿੰਦੇ ਨੇ। ਪਰ ਇਸ ਕੰਟਰੀ 'ਚ ਤੁਸੀਂ ਰਹਿੰਦੇ ਨੇ, ਵੈਸਟਰਨ ਵਰਲਡ ਦੇ ਵਿੱਚ ਰਹਿੰਦੇ, ਉਹ ਵੀ ਤੁਹਾਨੂੰ ਵੈਲਿਊ ਅਡਾਪਟ ਕਰਨੀਆਂ ਪੈਣੀਆਂ, ਕੋਈ ਸ਼ੱਕ ਨਹੀਂ ਉਹਦੇ ਵਿੱਚ। ਠੀਕ ਹੈ, ਜਿਹੜਾ ਪੀਅਰ ਪ੍ਰੈਸ਼ਰ ਆ ਨਾ ਉਹਦੇ ਬਾਰੇ ਵੀ ਸੋਚੋ, ਬੱਚਿਆਂ ਬਾਰੇ ਵੀ ਸੋਚੋ ਵੀ ਉਹ ਦੋ ਦੁਨੀਆਂ ਦੇ ਵਿੱਚ ਜੀ ਰਹੇ ਨੇ, ਉਹ ਇੱਕ ਵੈਸਟਰਨ ਕਲਚਰ, ਇੱਕ ਪੰਜਾਬੀ ਕਲਚਰ। ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਿੰਨੇ ਔਖੇ ਨੇ। ਤੁਸੀਂ ਘਰ ਆ ਕਹਿੰਦੇ ਵੀ ਨਹੀਂ ਆਹ ਕਰੋ ਆਹ ਕਰੋ, ਸਕੂਲ ਉਹਦੇ ਜਿਹੜੇ ਹੈਗੇ ਨੇ ਉਹਦੀਆਂ ਫਰੈਂਡਸ ਹੈਗੀਆਂ ਜਾਂ ਫਰੈਂਡ ਹੈਗੇ ਨੇ ਬੇਟਿਆਂ ਦੇ ਬੱਚਿਆਂ ਦੇ, ਉਹ ਕੁਛ ਹੋਰ ਕਹਿ ਰਹੇ ਨੇ, ਉਹ ਕਿੱਧਰ ਨੂੰ ਜਾਣ। ਸੋ ਗੱਲ ਆ ਵੀ ਬੜਾ ਇਹਨੂੰ ਲਾਈਟਲੀ ਵੀ ਲੈਣਾ ਚਾਹੀਦਾ, ਪਰ ਇੰਨਾ ਲਾਈਟਲੀ ਨੂੰ ਲਓ। ਬਾਕੀ ਹੈਗਾ ਜੇ ਉਹ ਕਿਤੇ ਪ੍ਰੋਬਲਮ ਆਉਂਦੀ ਆ, ਜ਼ਰੂਰ ਘਰ 'ਚ ਪਤਾ ਹੁੰਦਾ ਉਹਨੂੰ, ਇਹ ਆਉਣਾ ਕਰੋ ਜਿਵੇਂ ਉਹ ਪੁਰਾਣੇ ਕਹਿੰਦੇ ਵੀ ਉਹਨੂੰ ਤੁਸੀਂ ਝਾੜੂ ਮਾਰ ਕੇ ਰੱਖ ਦੇ ਥੱਲੇ ਕਰ ਦਿਓ ਵੀ ਪ੍ਰੋਬਲਮ ਦੂਰ ਚੱਲ ਜਾਊਗੀ। ਜਿਵੇਂ ਪਿੱਛੇ ਜਿਹੇ ਮੈਂ ਰੇਡੀਓ ਸੁਣ ਰਿਹਾ ਸੀ, ਆਪਾਂ ਕਹਿੰਦੇ ਵੀ ਤੁਰੀ ਜਾਂਦੀ ਕਾਰ 'ਚ ਆਪਾਂ ਇੱਕ ਕਾਫੀ ਤੱਕ ਬਾਹਰ ਛੱਡ ਦਿੰਦੇ ਹਾਂ, ਉਹ ਕਹਿੰਦੀ ਸੀ ਨੈਵਰ ਗੋਸ ਐਨੀਵੇਅਰ, ਸਟੇਜ਼ ਦੇਅਰ। ਹੁਣ ਆਪਾਂ ਕਿੰਨੀ ਟ੍ਰੈਸ਼ ਦੀ ਗੱਲ ਹੁੰਦੀ ਆ ਓਸ਼ਨ ਦੇ ਵਿੱਚ ਵੀ, ਉੱਥੇ ਫਿਰਦੀ ਉਹ।
ਆਪਾਂ ਕਹਿੰਦੇ ਪ੍ਰੋਬਲਮ ਥੱਲੇ ਪ੍ਰੋਬਲਮ ਕਹਿੰਦੇ ਜਾਂਦੀ ਪ੍ਰੋਬਲਮ ਉੱਥੇ ਰਹਿੰਦੀ ਆ ਪਰ ਉਹਨੂੰ ਸਾਲਵ ਕਰਨੀ ਪੈਣੀ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਹੁਣ ਸਿੱਖ ਕੌਂਸਲ ਆਫ ਸੈਂਟਰ ਕੈਲੀਫੋਰਨੀਆ ਬਣੀ ਕੋਈ ਹੋਰ ਕੌਂਸਲ ਬਣ ਜਾਵੇ ਜਿਹਦੇ ਵਿੱਚ ਜੇ ਤੁਸੀਂ ਕਹਿੰਦੇ ਡਾਕਟਰ ਹੋਣ ਖਾਸ ਕਰਕੇ ਕੌਂਸਲਰ ਜ਼ਰੂਰ ਹੋਣ ਲਾਈਕ ਮਾਈਂਡਡ ਲੋਕ ਹੋਣ ਜਿਹਦੇ ਵਿੱਚ ਅਜਿਹਾ ਜਿਹੜਾ ਇੰਸੀਡੈਂਟ ਹੁੰਦਾ ਕਿਸੇ ਵੀ ਫੈਮਿਲੀ ਦੇ ਨਾਲ ਉਹ ਪ੍ਰੇਰਿਤ ਕਰ ਸਕਣ ਤਾਂ ਕਿ ਫੈਮਿਲੀ ਉਸ ਸਟ੍ਰੈਸ ਤੋਂ ਬਾਹਰ ਆ ਸਕੇ ਹਾਂਜੀ ਤਾਂ ਇਸ ਗੱਲ ਦੀ ਵੀ ਲੋੜ ਹੈਗੀ ਇੱਕ ਚਾਈਲਡ ਡਿਪਾਰਟਮੈਂਟ ਦੀ ਰਿਪੋਰਟ ਦੱਸਦੀ ਹੈ ਕਿ ਜਿਹੜੇ ਅਮੈਰੀਕਨ ਬੋਰਨ ਬੱਚੇ ਹਨ ਦੇ ਆਰ ਵੈਰੀ ਗੁੱਡ ਓਬਜ਼ਰਵਰਸ ਉਹ ਬਹੁਤ ਅੱਛੇ ਓਬਜ਼ਰਵਰ ਹਨ ਔਰ ਉਹ 13 ਸਾਲ ਦੀ ਉਮਰ ਤੋਂ ਹੀ ਓਬਜ਼ਰਵ ਕਰਨਾ ਘਰ ਦੇ ਵਿੱਚ ਸ਼ੁਰੂ ਕਰ ਦਿੰਦੇ ਹਨ ਕਹਿਣ ਦਾ ਭਾਵ ਹੈ ਜੋ ਤੁਹਾਡੇ ਘਰ ਦਾ ਮਾਹੌਲ ਹੋਏਗਾ ਉਹੀ ਆਪਣੀ ਗੱਲਾਂ ਨੂੰ ਓਬਜ਼ਰਵ ਕਰਨਗੇ ਤਾਂ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਬੱਚਿਆਂ ਦੇ ਉੱਤੇ ਅਸੀਂ ਪ੍ਰੈਸ਼ਰ ਕ੍ਰੀਏਟ ਕਰਦੇ ਹਾਂ ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਲਈ ਉਹ ਓਬਜ਼ਰਵ ਤੁਹਾਨੂੰ ਹੀ ਕਰਨਗੇ ਮਾਂ ਪਿਓ ਨੂੰ ਕਰਨਗੇ ਜੇਕਰ ਮਾਂ ਪਿਓ ਅਜਿਹੀ ਕੋਈ ਗੱਲ ਕਰ ਰਹੇ ਹੋਣਗੇ ਜੋ ਕਿ ਘਰ ਦੇ ਵਿੱਚ ਇੱਕ ਸਿੱਖ ਵਿਰਾਸਤ ਨੂੰ ਕਾਇਮ ਦੇ ਰੱਖਣ ਲਈ ਤੁਸੀਂ ਉਹ ਘਰ ਦੇ ਵਿੱਚ ਮਾਹੌਲ ਬਣਾਇਆ ਹੋਇਆ ਸੋ ਦੇ ਆਰ ਵੈਰੀ ਗੁੱਡ ਓਬਜ਼ਰਵਰ ਜੇ ਤੁਹਾਡੇ ਘਰ ਦੇ ਵਿੱਚ ਮਾਹੌਲ ਕੁਝ ਹੋਰ ਹੈ ਤਾਂ ਯੂ ਨੋ ਦੇ ਆਰ ਵੈਰੀ ਗੁੱਡ ਓਬਜ਼ਰਵਰ ਓਬਜ਼ਰਵਰ ਤੋਂ ਮੈਨੂੰ ਯਾਦ ਆਏਗਾ ਮੇਰੇ ਨਾਲ ਮੌਜੂਦ ਹਨ ਗੁਰਪ੍ਰੀਤ ਸਿੰਘ ਜੀ ਜਾਨੀ ਜੋ ਕਿ ਚੇਅਰਮੈਨ ਹਨ ਸਿੱਖ ਕੌਂਸਲ ਦੇ ਮੈਂ ਜ਼ਰੂਰ ਲਵਾਂਗਾ ਅਤੇ ਸਮਾਂ ਮੈਨੂੰ ਸਿਰਫ ਇੱਕ ਨਿੱਕੀ ਜਿਹੀ ਬ੍ਰੇਕ ਲਈ ਰੋਕ ਰਿਹਾ ਔਰ ਜਦ ਮੈਂ ਬ੍ਰੇਕ ਤੋਂ ਬਾਅਦ ਆਵਾਂਗਾ ਇਸ ਸਵਾਲ ਦਾ ਜਵਾਬ ਮੈਂ ਤੁਹਾਨੂੰ ਲਵਾਂਗਾ ਗੁਰਪ੍ਰੀਤ ਸਿੰਘ ਜਾਨੀ ਹੋਰਾਂ ਤੋਂ ਅਤੇ ਉੱਥੇ ਅਸੀਂ ਜ਼ਮੀਨੀ ਪੱਧਰ 'ਤੇ ਸੈਲਮਾ ਦੇ ਵਿੱਚ ਅੱਜ ਮੁੱਦਾ ਕਰ ਰਹੇ ਹਾਂ ਜਿੱਥੇ ਇੱਥੇ ਦੇ ਲੋਕਲ ਵਸਨੀਕ ਸਾਡੇ ਨਾਲ ਉਹਨਾਂ ਨੇ ਰਾਬਤਾ ਕਾਇਮ ਕੀਤਾ ਹੋਇਆ ਜੋ ਕਿ ਗੁਰਸਿੱਖ ਫੈਮਿਲੀ ਦੇ ਨਾਲ ਇੰਸੀਡੈਂਟ ਹੋਇਆ ਉਹ ਕਿਵੇਂ ਰੋਕਿਆ ਜਾ ਸਕਦਾ ਸੀਗਾ ਫਾਦਰ ਨੇ ਸੁਸਾਈਡ ਕਰ ਲਿਆ ਮਦਰ ਹਜੇ ਲੀਗਲ ਕੇਸ ਦੇ ਵਿੱਚ ਹੈਗੀ ਹੈ ਸ਼ੀ ਇਜ਼ ਇਨ ਟੂ ਜੇਲ ਬੱਚੇ ਜਿਹੜੇ ਨੇ ਦੇ ਆਰ ਇਨ ਟੂ ਡਿਟੈਂਸ਼ਨ ਸੈਂਟਰ ਅਤੇ ਫੈਮਿਲੀ ਜਿਹੜੀ ਹੈ ਉਹ ਖੇਰੂ ਖੇਰੂ ਹੋ ਗਈ ਲੇਕਿਨ ਫੈਮਿਲੀ ਨੂੰ ਕਿਵੇਂ ਬਚਾਇਆ ਜਾ ਸਕਦਾ ਸੀਗਾ ਔਰ ਗਾਂ ਅਗਰ ਕਿਸੇ ਦੇ ਨਾਲ ਅਜਿਹਾ ਕੁਝ ਹੁੰਦਾ ਤਾਂ ਸਾਨੂੰ ਕਿਹੜੇ ਸਟੈਪਸ ਉਠਾਉਣ ਦੀ ਲੋੜ ਹੈ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਸਾਡੇ ਜਿਹੜੇ ਬੱਚੇ ਨੇ ਚਾਈਲਡ ਡਿਪਾਰਟਮੈਂਟ ਰਿਪੋਰਟ ਦੱਸਦੀ ਹੈ ਕਿ 13 ਸਾਲ ਤੋਂ ਬਾਅਦ ਬੱਚੇ ਤੁਹਾਨੂੰ ਓਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ ਹਨ ਔਰ ਜੋ ਉਹ ਓਬਜ਼ਰਵ ਕਰਦੇ ਹਨ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਨ ਗੁਰਪ੍ਰੀਤ ਸਿੰਘ ਜਾਨੀ ਮੇਰੇ ਨਾਲ ਮੌਜੂਦ ਹਨ ਜੋ ਕਿ ਚੇਅਰਮੈਨ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਦੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਓਬਜ਼ਰਵੇਸ਼ਨ ਬੱਚਿਆਂ ਦੀ ਕਿਸ ਤਰੀਕੇ ਨਾਲ ਉਹ ਤੁਹਾਨੂੰ ਵੇਖਦੇ ਹਨ ਔਰ ਸਾਨੂੰ ਕਿਹੜੇ ਕਿਹੜੇ ਸਟੈਪਸ ਉਠਾਉਣ ਦੀ ਲੋੜ ਹੈ ਜੇ ਘਰ ਦੇ ਵਿੱਚ ਅਸੀਂ ਇੱਕ ਸਕਾਰਾਤਮਕ ਮਾਹੌਲ ਬਣਾਉਣਾ ਹੈ ਗੁਰਪ੍ਰੀਤ ਸਿੰਘ ਜੀ ਆਈ ਵੁੱਡ ਲਾਈਕ ਟੂ ਨੋ ਦਿਸ ਫਰੋਮ ਯੂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਨਾਲ ਜੇ ਬੱਚਿਆਂ ਨਾਲ ਤੁਸੀਂ ਉਹਨਾਂ ਨੂੰ ਚੰਗੇ ਰਾਹ ਦੇ ਉੱਤੇ ਵਧੀਆ ਅਰਸ ਨੂੰ ਆਪਣੇ ਮਾਂ ਪਿਓ ਨੂੰ ਖੁਦ ਉਪਨੂਣ ਹੋਣਾ ਪੈਣਾ ਉਹਨਾਂ ਦੇ ਨਾਲ ਕਿਉਂਕਿ ਬੱਚੇ ਜਦੋਂ ਸਕੂਲੋਂ ਆਉਂਦੇ ਆ ਜਿਵੇਂ ਗੁਰਜੰਟ ਸਿੰਘ ਜੀ ਨੇ ਦੱਸਿਆ ਵਾ ਉਹ ਆਪਣਾ ਫੋਨ ਲੈ ਕੇ ਅੰਦਰ ਬਹਿ ਜਾਂਦੇ ਆ ਮਾਂ ਪਿਓ ਕੰਮਾਂ 'ਤੇ ਹੁੰਦੇ ਆ ਜਦੋਂ ਕੰਮਾਂ ਤੋਂ ਆਉਂਦੇ ਆਪਾਂ ਰੋਟੀ ਖਵਾ ਕੇ ਉਹਨਾਂ ਨੂੰ ਬੱਚਿਆਂ ਨੂੰ ਪਾ ਦਿੰਦੇ ਹਾਂ ਕਿਉਂਕਿ ਜਿੰਨਾ ਚਿਰ ਬੱਚਿਆਂ ਨੂੰ ਦੱਸੋਗੇ ਨਹੀਂ ਗੇ ਵੀ ਬਾਹਰ ਆਈ ਨਹੀਂ ਕਰਨਾ ਬਾਹਰ ਆਹ ਚੀਜ਼ ਆ ਆਪਾਂ ਕੀ ਹਾਂ ਆਪਾਂ ਕਿੱਥੋਂ ਆਏ ਹਾਂ ਆਪਣੀ ਆਹ ਸਿੱਖੀ ਆ ਕਿਉਂਕਿ ਜਿੰਨਾ ਪੜ੍ਹੀ ਤੋਂ ਬਾਹਰ ਵੀ ਜਾਂਦੇ ਆ ਸਿੱਖੀ ਬਾਰੇ ਪੜ੍ਹਾਉਣਾ ਜ਼ਰੂਰ ਚਾਹੀਦਾ ਵਾ ਪਰ ਉਹਦੇ ਵੀ ਕੋਈ ਰੂਲਸ ਰੈਗੂਲੇਸ਼ਨਸ ਹੁੰਦੇ ਨੇ ਵੀ ਜੇ ਆਪਾਂ ਨੂੰ ਪੁੱਛ ਕਰਾਂਗੇ ਪੱਗ ਬੰਨ੍ਹ ਕੇ ਜਾਣਾ ਆਏ ਕਰਨਾ ਆਏ ਕਰਨਾ ਸਿਖਾਉਣਾ ਜ਼ਰੂਰੀ ਆ ਪਰ ਬੱਚੇ ਦੇ ਜਿਹਨੇ ਸਿੱਖਣਾ ਵਾ ਉਹਨਾਂ ਨੇ ਆਪੇ ਸਿੱਖ ਲੈਣਾ ਦਾਤੇ ਦੀ ਮਿਹਰ ਹੋ ਜਾਣੀ ਆ ਸੋ ਸਭ ਤੋਂ ਵੱਡੀ ਗੱਲ ਹੈ ਜੋ ਇਹ ਮੰਦ ਮਾੜੀ ਘਟਨਾ ਹੋਈ ਆ ਬੇਕਰ ਸਟਰੀਟ ਦੇ ਵਿੱਚ ਸੋ ਸੈਡ ਪੂਰੀ ਗੁਰਸਿੱਖ ਫੈਮਿਲੀ ਸੀਗੀ ਅਤੇ ਸਿਰਫ ਜਿੱਥੋਂ ਤਾਈਂ ਮੈਂ ਸੋਚਦਾ ਕਿਉਂਕਿ ਉਹਨਾਂ ਦਾ ਜਿਵੇਂ ਆਪਸ ਵਿੱਚ ਜਿਵੇਂ ਤੁਹਾਨੂੰ ਦੱਸਿਆ ਤਾਲਮੇਲ ਨਹੀਂ ਹੋਇਆ ਪ੍ਰੋਬਲਮ ਸੋਲਵ ਹੋ ਸਕਦੀ ਸੀ ਵੀ ਜੇ ਮਾਂ ਧੀਆਂ ਦਾ ਤਾਲਮੇਲ ਹੁੰਦਾ ਅਤੇ ਉਹ ਵੀ ਆਪਣੇ ਐਨ ਆਰ ਸੀਗੇ ਆਪਣਾ ਨਰਸ ਸੀਗੇ ਤੇ ਉਹ ਵੀ ਇੰਨੀ ਨਹੀਂ ਸੀਗੇ ਵੀ ਹਾਂ ਵੀ ਆਪਾਂ ਕਹਿੰਦੇ ਵੀ ਬਹੁਤ ਘੱਟ ਪੜ੍ਹੇ ਆ ਹੁਣ ਜਿਵੇਂ ਸਾਡੇ ਅਸੀਂ ਉੱਥੇ ਆਪਣਾ ਪਰੇਡ ਹੁੰਦੀ ਹੈ ਸਾਡੇ ਉੱਥੇ ਕਰਮਿੰਗ ਇਹ 'ਚ ਮਾਂ ਪਿਓ ਦੀ ਬਹੁਤ ਵੱਡੀ ਵੀ ਗਲਤੀ ਹੈ ਕਈ ਵਾਰੀ ਆਪਾਂ ਕਹਿੰਦੇ ਆਪਾਂ ਬੱਚਿਆਂ ਨੂੰ ਸਿਖਾਈਏ ਜਦੋਂ ਪਰੇਡ ਦੇ ਵਿੱਚ ਜਾਂਦੇ ਹਾਂ ਸਾਡੇ ਕੋਲ 50-60 ਬੱਚੇ ਹੁੰਦੇ ਆ ਪਰੇਡ 'ਚ ਪੰਜਾਬੀ ਡਰੈੱਸਾਂ ਪਾਈਆਂ ਹੁੰਦੀਆਂ ਪਰ ਜਦੋਂ ਪਰੇਡ ਦੇ ਵਿੱਚ ਜਾਈਏ ਕੋਈ ਕਿਸੇ ਦਾ ਮਾਂ ਪਿਓ ਨਹੀਂ ਹੁੰਦਾ ਉੱਥੇ ਐਟਲੀਸਟ ਤੁਸੀਂ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਤਾਂ ਆਓ ਫਿਰ ਤੁਸੀਂ ਕਹਿ ਰਹੇ ਹੋ ਵੀ ਬੱਚੇ ਦੂਜਿਆਂ ਦਾ ਕਲਚਰ ਐਕਸੈਪਟ ਕਰਦੇ ਆ ਫਿਰ ਉਹਨਾਂ ਨੇ ਬੱਚਿਆਂ ਨੇ ਤਾਂ ਉੱਧਰ ਹੀ ਐਕਸੈਪਟ ਕਰਨਾ ਕਲਚਰ ਸੋ ਹੁਣ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ ਉਹਨਾਂ ਨੂੰ ਜ਼ਰੂਰ ਦੱਸੋ ਆਪਾਂ ਕੀ ਹਾਂ ਕਿੱਥੋਂ ਆਏ ਹਾਂ ਅਤੇ ਆਪਾਂ ਕੀ ਹਾਲਾਤ ਸੀਗੇ ਪਹਿਲਾਂ ਸੀ ਅਤੇ ਹੁਣ ਸੋ ਇਹ 'ਚ ਇਹਨਾਂ ਚੀਜ਼ਾਂ ਦਾ ਬਹੁਤ ਗੁਰਪ੍ਰੀਤ ਜੀ ਮੈਨੂੰ ਦੱਸ ਰਹੇ ਸੀਗੇ ਕਿ ਦੇਖੋ ਪੂਰੇ 24 ਘੰਟਿਆਂ ਦੇ ਵਿੱਚ 8-9-10 ਘੰਟੇ ਬੱਚਿਆਂ ਨੇ ਸਕੂਲ ਦੇ ਵਿੱਚ ਰਹਿਣਾ 8 ਘੰਟੇ ਬੱਚਿਆਂ ਨੇ ਸੋਣਾ ਵੀ ਹੈ 1-2 ਘੰਟੇ ਤੁਸੀਂ ਮੰਨ ਲਓ ਕਿ ਉਹਨਾਂ ਨੇ ਹੋਰ ਟਾਈਮ ਆਪਣਾ ਟਿਊਸ਼ਨ ਦੇ ਵਿੱਚ ਇੱਧਰ ਉੱਧਰ ਪਾਸ ਕਰਨਾ ਕੁੱਲ ਮਿਲਾ ਕੇ ਤੁਹਾਡੇ ਕੋਲ 2 ਘੰਟੇ ਬੱਚੇ ਅਤੇ ਉਹਨਾਂ 2 ਘੰਟਿਆਂ ਦੇ ਵਿੱਚ ਕਿਹੜੀ ਗੱਲ ਕਰਨ ਦੀ ਲੋੜ ਹੈ ਜਿਹੜੀ ਉਹਨਾਂ ਦੇ ਜ਼ਿਹਨ ਦੇ ਵਿੱਚ ਪਹੁੰਚੇ
जैन दे विच तां इही आ जी, इक तां जिवें आपां कहिंदे आ वी पंजाबी बोलणी आ, उह वी बहुत जरूरी आ बच्चिआं नूं प्यार दे नाल। हाँ वी पुत जिन्नी आउंदी आ आए गए दे नाल जदों बहिणा वा, जदों अपने हुण मोस्टली आपां इत्थे देख रहे सारिआं कोले फोन आ, बच्चे अंदर जा के बहि जांदे आ, निक्कीआं निक्कीआं चीज़ां ने बच्चे नूं अपने कोल, पुत आया कर आ के बैठिआ कर साडे कोले, गल्लां सुण, ਬਾਹਰ ਬਾਹਰ ਦੂਜੇ ਬੱਚਿਆਂ ਦੀਆਂ ਜਾਂ ਦੂਜੇ ਪਰਿਵਾਰਾਂ ਦੀਆਂ ਗੱਲਾਂ। ਸੋ ਬੱਚਿਆਂ ਨੂੰ ਹੌਲੀ ਹੌਲੀ ਇੱਦਾਂ ਇੱਦਾਂ ਉਹਨਾਂ ਨੇ ਨੇੜੇ ਆਉਣਾ। ਜੇ ਆਪਾਂ ਮੈਂ ਕਹੂੰਗਾ ਵੀ ਤੂੰ ਬਾਹਰ ਨਹੀਂ ਆਉਂਦਾ, ਮੇਰੇ ਵੀ ਦੋ ਬੇਟੇ ਆ ਇੱਕ ਬੇਟੀ ਆ, ਹੁਣ ਜੇ ਮੈਂ ਉਹਨਾਂ ਦਾ ਫੋਨ ਖੋਹ ਕੇ ਰੱਖਦਾ, ਠੀਕ ਹੈ ਨਾ, ਇੱਕ ਵਾਰੀ ਤਾਂ ਆ ਜਾਣਗੇ, ਅਗਲੀ ਵਾਰੀ ਉਹਨਾਂ ਨੇ ਬਾਹਰ ਨਹੀਂ ਆਉਣਾ। ਗੁਰਪ੍ਰੀਤ ਸਿੰਘ ਜੀ, ਸਵਾਲ ਇੱਥੇ ਇੱਕ ਵੱਡਾ ਬਣਦਾ ਕਿ ਅਸੀਂ ਸਿਰਫ ਸਿੱਖੀ ਅਤੇ ਮਾਂ ਬੋਲੀ ਸਿਖਾਉਣ ਤੱਕ ਹੀ ਸੀਮਿਤ ਰਹੀਏ ਕਿ ਉਸ ਤੋਂ ਵੀ ਗਾਂ ਸਾਨੂੰ ਵਧਣ ਦੀ ਲੋੜ ਆ? ਨਹੀਂ, ਗਾਂ ਵਧਣ ਦੀ ਲੋੜ ਆ, ਕਿਉਂਕਿ ਜੇ ਆਪਾਂ ਜਿਵੇਂ ਹੁਣ ਆਪਣੇ ਕੈਨੇਡਾ ਦੇ ਵਿੱਚ ਆਪਣੇ ਹੈਗੇ ਆ ਗੁਰਸਿੱਖ ਬਣੇ ਹੋਏ ਆ, ਉੱਥੇ ਮਿਨਿਸਟਰ ਬਣੇ ਹੋਏ ਆ, ਆਪਣੇ ਕੋਲ ਵੀ ਹੈਗੇ ਇਕੱਲੀ ਸਿੱਖੀ ਵੀ ਨਹੀਂ ਗੀ ਗਾਂ ਵੀ। ਦਿਸ ਇਜ਼ ਦਾ ਰੀਜ਼ਨ ਯੂ ਥਿੰਕ ਕਿ ਸਾਨੂੰ ਅਮੈਰੀਕਨ ਪੋਲੀਟਿਕਸ ਦੇ ਵਿੱਚ ਸਾਡੇ ਬੱਚੇ ਅੱਗੇ ਨਹੀਂ ਆ ਪਾ ਰਹੇ? ਬਿਲਕੁਲ ਜੀ, ਕਿਉਂਕਿ ਬੱਚਿਆਂ ਨੂੰ ਆਪਾਂ ਦੱਸ ਨਹੀਂ ਰਹੇ, ਆਪਾਂ ਗਾਂ ਨਹੀਂ ਵੱਧ ਰਹੇ। ਆਪਾਂ ਗੁਰੂ ਘਰ ਜਾਣਾ ਬਹੁਤ ਮਾੜੀ ਗੱਲ ਨਹੀਂ, ਜਾਣਾ ਬਹੁਤ ਜ਼ਰੂਰੀ ਹੈ, ਪਰ ਆਪਾਂ ਨੂੰ ਉਦੋਂ ਵੀ ਗਾਂ ਸੋਚਣਾ ਪੈਣਾ ਵਾ। ਜਿਵੇਂ ਆਪਾਂ ਕਹਿ ਰਹੇ ਹਾਂ ਵੀ ਆਪਾਂ ਨੂੰ ਕੋਈ ਸੰਸਥਾ ਬਣਨੀ ਚਾਹੀਦੀ ਆ, ਵੀ ਉੱਥੇ ਬੱਚਿਆਂ ਨੂੰ ਵੀ ਉੱਥੇ ਦੱਸਣਾ ਚਾਹੀਦਾ ਵਾ, ਲੋਕਾਂ ਨੂੰ ਪੇਪਰ ਵੰਡਣੇ ਚਾਹੀਦੇ ਆ ਇਸ ਚੀਜ਼ਾਂ ਦੇ ਵਿੱਚ। ਹਾਂ ਵੀ ਫੈਮਿਲੀ ਨੂੰ, ਹਾਂ ਵੀ ਜੇ ਤੁਹਾਨੂੰ ਕਿਸੇ ਹੈਲਪ ਦੀ ਲੋੜ ਆ, ਤੁਹਾਡੇ ਬੱਚਿਆਂ ਨੂੰ ਹੈਲਪ ਦੀ ਲੋੜ ਆ, ਸਾਨੂੰ ਦੱਸੋ, ਅਸੀਂ ਆਪ ਬੱਚੇ ਨਾਲ ਕੇ ਗੱਲ ਕਰਾਂਗੇ, ਤੁਹਾਡੀ ਪ੍ਰਾਈਵੇਸੀ ਰਹੂਗੀ। ਸੋ ਮੋਸਟਲੀ ਫੈਮਿਲੀਆਂ ਤੁਹਾਨੂੰ ਇਹੀ ਇਸੇ ਗੱਲ ਦੀਆਂ ਨਹੀਂ ਬਾਹਰ ਜਾਂਦੀਆਂ ਵੀ ਜੇ ਆਪ, ਕਿਉਂਕਿ ਆਪਾਂ ਸਾਰੇ ਆਪਣੀ ਇੱਜ਼ਤ ਦੀ ਹੁੰਦੀ ਆ ਕਿ ਸਾਡੀ ਗਾਂ ਇੱਜ਼ਤ ਚਲੀ ਜਾਣੀ ਆ। ਜੇ ਇਸੇ ਪਰਿਵਾਰ ਦੀ ਗੱਲ ਜੇ ਬਾਹਰ ਮਾੜੀ ਮੋਟੀ ਕਿਸੇ ਕੋਲ ਹੁੰਦੀ, ਤੁਹਾਨੂੰ ਲੱਗਦਾ ਨਹੀਂ ਗੁਰਪ੍ਰੀਤ ਸਿੰਘ ਜੀ ਕਿ ਗੁਰਦੁਆਰਾ ਸਾਹਿਬ, ਗੁਰਦੁਆਰੇ ਅਸੀਂ ਇੰਨੇ ਨਿਰਮਾਣ ਕਰ ਰਹੇ ਹਾਂ, ਤੁਸੀਂ ਦੇਖੋ ਹਰ ਟਾਊਨ ਦੇ ਵਿੱਚ ਵੱਖ ਵੱਖ ਗੁਰਦੁਆਰਾ ਸਾਹਿਬ ਹੋ ਗਏ, ਤਾਂ ਉਹਨਾਂ ਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਵਿੱਚ ਕੌਂਸਲ ਹੋਏ ਜਿਹੜੀ ਉਹਨਾਂ ਦੇ ਟਾਊਨ ਦੇ ਵਿੱਚ ਅਗਰ ਕੋਈ ਅਜਿਹਾ ਹੋਇਆ ਹੈ ਕੁਛ, ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਇੱਕ ਸੀਕਰੇਟ ਕੌਨਫੀਡੈਂਸ਼ੀਅਲ ਤਰੀਕੇ ਨਾਲ ਪੇਰੈਂਟਸ ਜਿਹੜੇ ਨੇ ਗੱਲ ਕਰਨ ਕਿ ਮੇਰੇ ਬੱਚੇ ਦੇ ਨਾਲ ਆਇਆ ਹੋ ਗਿਆ, ਮੈਨੂੰ ਇਸ ਤੋਂ ਬਾਹਰ ਕੱਢੋ? ਬਿਲਕੁਲ ਜੀ, ਸਾਡੇ ਪੰਜਾਬੀ ਸਕੂਲ ਦੇ ਵਿੱਚ ਜਿਵੇਂ 70 ਬੱਚੇ ਆ, ਉੱਥੇ ਪੇਰੈਂਟਸ ਆਉਂਦੇ ਆ, ਫਿਰ ਗੱਲ ਉੱਥੇ ਆ ਜਾਂਦੀ ਆ ਵੀ ਪੇਰੈਂਟਸ ਆ ਕੇ ਬੱਚੇ ਸਾਡੇ ਨਾਲ, ਅਸੀਂ ਪੇਰੈਂਟਸ ਮੀਟਿੰਗ ਰੱਖਦੇ ਹਾਂ, ਉਹਨਾਂ ਨੂੰ ਕਹਿੰਦੇ ਨੇ ਬੱਚਿਆਂ ਨੂੰ ਪ੍ਰੋਬਲਮ ਕੀ ਆ ਜਾਂ ਵੀ ਬੱਚਿਆਂ ਨੇ ਕੀ ਕਰਨਾ ਵਾ, ਸਾਨੂੰ ਦੱਸੋ ਆ ਕੇ। ਸੋ ਇਹਨਾਂ ਚੀਜ਼ਾਂ ਦੇ ਨਾਲ ਹੀ ਜਿਹੜੀ ਆਪਣੀ ਇਹ ਪ੍ਰੋਬਲਮ ਸੋਲਵ ਹੋਣੀ ਆ ਵੀ ਪੇਰੈਂਟਸ, ਟੀਚਰ ਅਤੇ ਬੱਚੇ, ਜਿੰਨਾ ਚਿਰ ਇਹ ਤਿੰਨੇ ਇੱਕ ਟਰੈਕ 'ਚ ਨਹੀਂ ਬਹਿੰਦੇ, ਕਿਉਂਕਿ ਹੁਣ ਇੱਥੋਂ ਦੇ ਆਪਣੇ ਜਿਹੜੇ ਗੋਰਿਆਂ ਦੇ ਬੱਚੇ ਆ ਜਾਂ ਇੱਧਰਲੇ ਕਲਚਰ ਦੇ ਆ, ਉਹ ਟੀਚਰਾਂ ਨਾਲ ਜਾ ਕੇ ਸਿੱਧੀ ਗੱਲ ਕਰਦੇ ਆ, ਉਹਨਾਂ ਨੂੰ ਦੱਸਦੇ ਆ ਵੀ ਸਾਨੂੰ ਮਾਂ ਪਿਓ ਇੱਦਾਂ ਕਹਿੰਦੇ ਆ, ਸਾਨੂੰ ਆਹ ਕਹਿੰਦੇ ਆ, ਫਿਰ ਉਹ ਹੈਲਪ ਕਰਦੇ ਆ ਇੱਕ ਦੂਜੇ ਦੀ। ਸੋ ਇਸ ਚੀਜ਼ ਦੇ ਨਾਲ ਆਪਾਂ ਨੂੰ ਬਹੁਤ ਫਰਕ। ਡੈਫੀਨੇਟਲੀ ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਗੁਰਬਚਨ ਸਿੰਘ ਜੀ ਤੋਂ ਵਿਚਾਰ ਜਾਣਨਾ ਚਾਹਾਂਗਾ। ਮਾਸਟਰ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਉਤਾਰ ਚੜਾਅ ਵੇਖੇ ਹੋਣੇ ਆ, ਤੁਸੀਂ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹਨਾਂ ਨਾਲ ਵੀ ਤੁਹਾਡਾ ਰਾਬਤਾ ਕਾਇਮ ਹੈ, ਸਾਨੂੰ ਕੀ ਕਰਨਾ ਚਾਹੀਦਾ ਔਰ ਕੀ ਕਰਨ ਦੀ ਲੋੜ ਹੈ? ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਘਟਨਾ ਬੇਕਰਸਫੀਲਡ ਦੇ ਵਿੱਚ ਹੋਈ ਆ ਬਹੁਤ ਦੁਖਦਾਈ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਜੇ ਸਾਡੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਆ ਜਾਏ। ਅਵੇਅਰਨੈਸ ਦੇ ਲਈ ਸਾਨੂੰ ਜੋ ਗੁਰੂ ਘਰ ਹੈਗੇ ਉਹਨਾਂ ਤੋਂ ਵੀ ਸਾਨੂੰ ਉੱਚੇ ਉੱਠ ਕੇ, ਅਸੀਂ ਜਦੋਂ ਆਪਸੀ ਰੰਜਿਸ਼ਾਂ ਕਰਨੇ ਕਰਕੇ ਹੋਰ ਗੁਰੂ ਘਰ ਬਣਾ ਲੈਂਦੇ ਹਾਂ, ਗੁਰੂ ਘਰਾਂ ਦੇ ਨਾਲੋਂ ਇੱਦਾਂ ਦੀਆਂ ਕੌਂਸਲਸ ਜਿਹੜੀਆਂ ਹੋਣ, ਜਿਹੜੀਆਂ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਪ੍ਰੋਬਲਮਸ ਪੁੱਛ ਸਕਣ, ਉਹਦਾ ਹੱਲ ਕੱਢ ਸਕਣ, ਉਹ ਕੌਨਫੀਡੈਂਸ਼ੀਅਲ ਹੋਣ, ਤਾਂ ਕਿ ਬੱਚੇ ਨੂੰ ਇਹ ਨਾ ਲੱਗੇ ਕਿ ਮੇਰੀ ਇਹ ਬਦਨਾਮੀ, ਮਾਪਿਆਂ ਨੂੰ ਨਾ ਇਹ ਲੱਗੇ ਕਿ ਮੇਰੀ ਬਦਨਾਮੀ ਹੋਊਗੀ। ਦੂਸਰਾ ਜੋ ਮੈਂ ਮਹਿਸੂਸ ਕਰ ਰਿਹਾ ਉਹ ਇਹ ਵੱਡੀ ਗੱਲ ਹੈ ਕਿ ਸਾਡੇ ਮਾਂ ਪੇ ਅਤੇ ਬੱਚਿਆਂ ਦੇ ਵਿੱਚ ਕਮਿਊਨੀਕੇਸ਼ਨ ਹੈ ਨਹੀਂ ਗੀ, ਠੀਕ ਆ, ਜੋ ਬਹੁਤ ਜ਼ਰੂਰੀ ਆ। ਬੱਚਿਆਂ ਨੂੰ ਫਰੈਂਡ ਦੇ ਤੌਰ 'ਤੇ ਤੁਸੀਂ ਉਹਨਾਂ ਨੂੰ ਰੇਜ਼ ਕਰੋ, ਉਹਨਾਂ ਤੋਂ ਕੋਈ ਚੀਜ਼ ਛੁਪਾਓ ਨਾ, ਤਾਂ ਕਿ ਤੁਹਾਡੇ ਨਾਲ ਬੱਚੇ ਫਰੈਂਡਲੀ ਤੁਹਾਡੇ ਨਾਲ ਆਮ ਗੱਲ ਕਰ ਸਕਣ। ਤੁਸੀਂ, ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚੇ ਦੇ ਫਰੈਂਡਸ ਕੌਣ ਕੌਣ ਨੇ, ਤੁਸੀਂ ਉਹਨਾਂ ਦੇ ਨਾਲ ਖੇਡਦੇ ਆ, ਤੁਸੀਂ ਉਹਨਾਂ ਨਾਲ ਸਕੂਲ ਜਾਂਦੇ ਆ, ਤੁਹਾਨੂੰ ਐਟਲੀਸਟ ਤੁਹਾਨੂੰ ਪਤਾ ਹੋਵੇ ਤੁਸੀਂ ਕਿੱਥੇ ਜਾਂਦੇ ਹੋ, ਕਿੱਥੇ ਖੇਡਣ ਜਾਂਦੇ ਹੋ, ਕਿਹੜੀਆਂ ਬੁੱਕਸ ਪੜ੍ਹਦੇ ਹੋ, ਜਾਣੇ ਬੱਚਿਆਂ ਦੇ ਨਾਲ ਤੁਸੀਂ ਇੱਦਾਂ ਦਾ ਮੇਲ ਮਿਲਾਪ ਰੱਖੋ ਤਾਂ ਕਿ ਤੁਹਾਨੂੰ ਉਹਨਾਂ ਦੀ ਹਰ ਐਕਟੀਵਿਟੀ ਦਾ ਪਤਾ ਹੋਵੇ। ਇਹ ਸਾਡੇ ਵਿੱਚ ਬਹੁਤ ਘਾਟ ਆ, ਕਿਉਂਕਿ ਮਾਂ ਬਾਪ ਸਾਡੇ ਜਿਹੜੇ ਪੰਜਾਬੀ, ਖਾਸ ਤੌਰ 'ਤੇ ਮੈਂ ਕਹੂੰਗਾ ਕਿ ਉਹ ਮਾਂ ਬਾਪ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ, ਜਿਸ ਕਰਕੇ ਬੱਚੇ ਸਾਡੇ ਉੱਖੜ ਜਾਂਦੇ ਆ।
ਮਾਂ ਬੋਲੀ ਨਾਲ ਜੋੜਨ ਦੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ, ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਉੱਥੇ ਤੱਕ ਹੀ ਸੀਮਿਤ ਹੋ ਗਏ। ਜਿਹੜੀ ਹੋਰ ਐਕਟੀਵਿਟੀਜ਼ ਹਨ ਜੋ ਕਿ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਕਰ ਰਿਹਾ, ਸਾਨੂੰ ਲੱਗਦਾ ਕਿ ਸਾਡਾ ਬੱਚਾ ਮਾਂ ਬੋਲੀ ਬੋਲ ਰਿਹਾ, ਗੁਰਸਿੱਖੀ ਅਪਣਾ ਰਿਹਾ ਅਤੇ ਬੱਚਾ ਸਾਡਾ ਬਿਲਕੁਲ ਠੀਕ ਚੱਲ ਰਿਹਾ। ਲੇਕਿਨ ਇਸ ਧਰਤੀ ਦੇ ਉੱਤੇ ਜੇ ਬੱਚਾ ਸਕੂਲ ਜਾ ਰਿਹਾ ਤਾਂ ਉਹ ਹੋਰ ਵੀ ਕਲਚਰਸ ਨੂੰ ਅਡੋਪਟ ਕਰਦਾ, ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ ਵੱਖ ਵੱਖ ਮੁਲਕਾਂ ਤੋਂ ਲੋਕ ਆ ਕੇ ਵਸੇ ਹਨ, ਔਰ ਜਿਹੜੇ ਵੱਖ ਵੱਖ ਮੁਲਕਾਂ ਤੋਂ ਲੋਕ ਆ ਕੇ ਵਸੇ ਹਨ ਉਹਨਾਂ ਦੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਹਨ ਜਿਨ੍ਹਾਂ ਦਾ ਡਿਫਰੈਂਟ ਡਿਫਰੈਂਟ ਕਲਚਰ ਹੈਗਾ। ਤਾਂ ਓਬਜ਼ਰਵੇਸ਼ਨ ਦੀ ਗੱਲ ਇੱਥੇ ਆ ਗਈ। ਮੇਰੇ ਨਾਲ ਪੈਨਲਿਸਟ ਦੇ ਵਿੱਚ ਜਿਹੜੇ ਹੋਰ ਵੀ ਇੱਥੇ ਗੈਸਟ ਮੌਜੂਦ ਹਨ ਉਹਨਾਂ ਤੋਂ ਹੁਣ ਜਾਣਨ ਦੀ ਕੋਸ਼ਿਸ਼ ਕਰਾਂਗੇ। ਬੇਕਰਸਫੀਲਡ ਤੋਂ ਸਾਨੂੰ ਲੋਕਲ ਜਿਹੜੇ ਵਸਨੀਕ ਹਨ ਉਹ ਵੀ ਪਹੁੰਚ ਰਹੇ ਹਨ, ਕਿਸੇ ਕਾਰਨਵਰਸ਼ ਉਹ ਨਹੀਂ ਪਹੁੰਚ ਸਕੇ, ਟ੍ਰੈਫਿਕ ਬਹੁਤ ਜਾਮ ਹੋਇਆ ਹੋਇਆ, ਲੇਕਿਨ ਦੇ ਆਰ ਟਰਾਇੰਗ ਦੇਅਰ ਲੈਵਲ ਬੈਸਟ। ਉਹ ਆ ਕੇ ਆਪਣੀ ਗੱਲ ਦੱਸਣਗੇ ਔਰ ਬੇਕਰਸਫੀਲਡ ਦੇ ਵਿੱਚ ਕਿਸ ਮਾਹੌਲ ਦੀ ਲੋੜ ਹੈ ਉਹ ਵੀ ਸਾਨੂੰ ਜ਼ਰੂਰ ਦੱਸਣਗੇ। ਲੇਕਿਨ ਲਵਾਂਗੇ ਆਪਾਂ ਸਾਰੇ ਸਵਾਲਾਂ ਦਾ ਜਵਾਬ ਇਸ ਬ੍ਰੇਕ ਤੋਂ ਬਾਅਦ। ਖਿਦਮਤ ਦੇ ਵਿੱਚ ਅੱਜ ਜਸ ਬ੍ਰੋਡਕਾਸਟਿੰਗ ਦੀ ਟੀਮ ਸੈਲਮਾ ਤੋਂ ਮੁੱਦਾ ਕਰ ਰਹੀ ਹੈ, ਉਹ ਬੇਕਰਸਫੀਲਡ ਦਾ ਇੰਸੀਡੈਂਟ ਜੋ ਕਿ ਗੁਰਸਿੱਖ ਫੈਮਿਲੀ ਦੇ ਨਾਲ ਹੋਇਆ ਉਹ ਅਸੀਂ ਵਿਚਾਰ ਕਰ ਰਹੇ ਹਾਂ, ਔਰ ਇੱਕ ਰੋਡ ਮੈਪ ਤਿਆਰ ਕਰਨ ਦੀ ਇੱਥੇ ਦੇ ਜਿਹੜੇ ਥਿੰਕ ਟੈਂਕ ਹਨ ਜੋ ਕਿ ਇੱਥੇ ਦੇ ਸਿੱਖ ਬੁੱਧੀਜੀਵੀ ਹਨ ਉਹ ਮੌਜੂਦ ਹਨ ਮੇਰੇ ਨਾਲ ਕਿ ਗਾਂ ਅਸੀਂ ਕੀ ਕਰ ਸਕਦੇ ਹਾਂ। ਰਾਜਵਿੰਦਰ ਪਾਲ ਸਿੰਘ ਬਰਾੜ ਜੋ ਕਿ ਸਾਡੇ ਨਾਲ ਇੱਥੇ ਇਹਨਾਂ ਨੇ ਸ਼ਮੂਲੀਅਤ ਕੀਤੀ ਹੈ, ਉਹ ਇੱਕ ਪਰਸਨ ਇੰਸੀਡੈਂਟ ਆਪਣਾ ਦੱਸਣਾ ਚਾਹੁੰਦੇ ਹਨ, ਤੁਹਾਡੇ ਨਾਲ ਰੱਖਣਾ ਚਾਹੁੰਦੇ ਹਨ ਕਿ ਉਹਨਾਂ ਦੇ ਨਾਲ ਹੋਇਆ ਸੀਗਾ। ਉਹਨਾਂ ਦੀ ਡਾਟਰ ਹੈਗੀ ਹੈ 7 ਸਾਲ ਦੀ। ਜੀ ਹਾਂਜੀ, ਮੇਰੀ ਡਾਟਰ 7th ਚ ਪੜ੍ਹਦੀ ਹੈ ਜੀ। ਓਕੇ, ਆਮ ਰੀਲੀ ਸੌਰੀ, 7th ਗ੍ਰੇਡ ਚ ਹੈਗੀ ਹੈ ਜੀ। ਗ੍ਰੇਡ ਹਾਂ ਜੀ ਜੀ। ਤਾਂ ਉਹਦੇ ਨਾਲ ਉਹਦੀ ਫਰੈਂਡ ਆ ਇੱਥੋਂ ਦੀ, ਗੋਰਿਆਂ ਦੀ ਕੁੜੀ। ਓਕੇ, ਤੇ ਉਹਨਾਂ ਨੇ ਪਿੱਛੇ ਜੇ ਉਹਦਾ ਬਰਥਡੇ ਸੀਗਾ ਤਾਂ ਉਹਦੀ ਮਦਰ ਦੀ ਕਾਲ ਆਈ, ਕਹਿੰਦੇ ਵੀ ਅਸੀਂ ਵੀ ਆਪਣੀਆਂ ਜਿਹੜੀਆਂ ਬੱਚੀਆਂ ਉਹ ਫਰੈਂਡ ਆ ਅਤੇ ਅਸੀਂ ਇਹਨਾਂ ਨੂੰ ਇਕੱਠਿਆਂ ਨੂੰ ਮਤਲਬ ਅਸੀਂ ਇਹਨਾਂ ਦਾ ਉਹਦਾ ਬਰਥਡੇ ਮਨਾਉਣਾ ਚਾਹੁੰਦੇ ਵੀ ਕੀ ਤੁਸੀਂ ਅਲਾਓ ਕਰਦੇ ਹਾਂ, ਠੀਕ ਹੈ, ਵੀ ਅਸੀਂ ਤੁਹਾਡੇ ਘਰ ਆ ਜਾਈਏ ਜਾਂ ਮਤਲਬ ਇਹਨਾਂ ਨੂੰ ਅਸੀਂ ਮਤਲਬ ਉੱਥੇ ਕਿਤੇ ਬਾਹਰ ਲਿਜਾ ਸਕਦੇ ਹਾਂ ਜਾਂ ਤੁਸੀਂ ਸਾਡੇ ਘਰ ਆ ਸਕਦੇ ਹਾਂ। ਤਾਂ ਉਹ ਮੇਰੀ ਵਾਈਫ ਨੇ ਆਨਸਰ ਕੀਤਾ ਵੀ ਅਸੀਂ ਵੀ ਬਹੁਤਾ ਨਹੀਂ ਅਲਾਓ ਕਰਦੇ ਪਰ ਅਸੀਂ ਮਤਲਬ ਜੇ ਤੁਸੀਂ ਕਹਿੰਦੇ ਹਾਂ ਤਾਂ ਆਪਾਂ ਪਾਰਕ ਦੇ ਵਿੱਚ ਪਹਿਲਾਂ ਮਿਲ ਲੈਂਦੇ ਹਾਂ। ਤਾਂ ਉਹਨੇ ਵੀ ਇਹੀ ਜਵਾਬ ਦਿੱਤਾ ਵੀ ਸਾਡੀ ਫੈਮਿਲੀ ਵੀ ਜਿਹੜੀ ਆ ਉਹ ਬਹੁਤਾ ਬੱਚਿਆਂ ਨੂੰ ਕਿਸੇ ਦੇ ਘਰ ਜਾਣ ਨਹੀਂ ਦਿੰਦੀ, ਇੱਥੋਂ ਦੇ ਗੋਰੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਥੋਂ ਦੇ, ਜਿਹਨਾਂ ਨੂੰ ਕਹਿੰਦੇ ਕਿ ਅਸੀਂ ਉਹਨਾਂ ਦਾ ਕਲਚਰ ਅਡਾਪਟ ਕਰ ਰਹੇ ਹਾਂ। ਇਹ ਪ੍ਰੋਬਲਮ ਇਹ ਆ ਰਹੀ ਹੈ ਜੇ ਆਪਾਂ ਹੁਣ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਉੱਥੋਂ ਦਾ ਮਾਹੌਲ ਅਤੇ ਇੱਥੋਂ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ। ਅਸੀਂ ਆਪਦੇ ਕਲਚਰ ਨੂੰ ਨਹੀਂ ਛੱਡ ਰਹੇ, ਮਤਲਬ ਉੱਥੇ ਵੀ ਛੱਡ ਰਹੇ ਹਾਂ ਅਤੇ ਇੱਥੇ ਵੀ ਛੱਡ ਰਹੇ ਹਾਂ, ਸੇਮ ਥਿੰਗ ਆ। ਪ੍ਰੋਬਲਮ ਇਹ ਆ ਵੀ ਜਿਹੜਾ ਕਾਨੂੰਨ ਬਣਾਇਆ ਹੋਇਆ ਇਹਦਾ, ਉਹ ਜਿਹੜੀ ਅਣਖ ਦੀ ਅਤੇ ਬੇਅਣਖੇ ਦੀ ਗੱਲ ਕਰਦੇ ਹਾਂ ਆਪਾਂ, ਉਹ ਸਾਥ ਦੇ ਰਿਹਾ ਜਿਹੜੇ ਆਪਦੇ ਕਲਚਰ ਨੂੰ ਤਲਾਂਜਲੀ ਦੇ ਰਹੇ ਆ। ਇਹਦਾ ਕਾਰਨ ਕੀ ਆ ਇਹ ਮੈਨੂੰ ਨਹੀਂ ਪਤਾ ਵੀ ਕੀ ਕਾਰਨ ਆ ਇਹ, ਪਰ ਜਿਹੜਾ ਇੱਥੋਂ ਦਾ ਬੇਸਿਕ ਕਲਚਰ ਆ ਉਹ ਵੀ ਸਾਡੇ ਵਾਲਾ ਹੀ ਆ। ਅਮਰੀਕ ਸਿੰਘ ਜੀ, ਕੀ ਕਾਰਨ ਲੱਗਦਾ ਤੁਹਾਨੂੰ? ਬੇਸਿਕਲੀ ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਈ ਜਿਹੜਾ ਨਾ ਇੱਕ ਸਾਡੀ ਅਣਖ ਹੈਗੀ ਹੈ, ਜਿਹੜੇ ਈਸਟਰਨ ਕਲਚਰ ਦੇ ਲੋਕ ਹੈਗੇ ਨੇ ਉਹਨਾਂ ਦਾ ਇਹ ਹੈ ਕਿ ਬਈ ਅਸੀਂ ਆਹ ਕੰਮ ਕਰਨਾ, ਅਸੀਂ ਕੰਜ਼ਰਵੇਟਿਵ ਬਹੁਤ ਜ਼ਿਆਦਾ ਹੈਗੇ ਹਾਂ, ਅਤੇ ਉਹ ਜਿਹੜੀਆਂ ਵੈਲਿਊਜ਼ ਨੇ ਉਹਨੂੰ ਅਸੀਂ ਛੱਡ ਨਹੀਂ ਰਹੇ। ਵੈਸੇ ਜਿਹੜੇ ਵੈਸਟਰਨ ਕਲਚਰ ਦਾ ਅਤੇ ਈਸਟਰਨ ਕਲਚਰ ਦਾ ਫਰਕ ਬਹੁਤ ਹੈ ਨਾ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਬਰਾੜ ਸਾਹਿਬ ਨੇ ਉਹ ਵੀ ਕਾਫੀ ਹੱਦ ਤੱਕ ਹੈ, ਬਹੁਤ ਸਾਰੀਆਂ ਫੈਮਿਲੀਜ਼ ਜਿਹੜੀਆਂ ਨੇ ਵੈਸਟਰਨ ਕਲਚਰ ਦੇ ਵਿੱਚ ਵੀ ਦੇ ਆਰ ਵੈਰੀ ਕੰਜ਼ਰਵੇਟਿਵ, ਦੇ ਡੋਂਟ ਲੈਟ ਦੇਅਰ ਚਿਲਡਰਨ ਡੂ ਸਰਟਨ ਥਿੰਗਸ, ਉਹਨਾਂ ਨੂੰ ਨਹੀਂ ਕਰਨ ਦਿੰਦੇ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਬਈ ਜਿਹੜੇ ਸਾਡੇ ਬੱਚੇ ਆ ਉਹ ਕਿਤੇ ਗਲਤ ਰਸਤੇ ਨਾ ਚਲੇ ਜਾਣ। ਠੀਕ ਹੈ ਕਿ ਗਲਤ ਤੁਹਾਨੂੰ ਲੱਗਦਾ? ਹਾਂਜੀ, ਉਹ ਠੀਕ ਹੈ ਕਿ ਗਲਤ ਤੁਹਾਨੂੰ ਲੱਗਦਾ? ਦੇਖੋ ਉਹਦੇ 'ਚ ਇਹ ਹੈ ਕਿ ਆਪਣੇ ਬੱਚਿਆਂ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਾਨੂੰ ਰਾਬਤਾ ਰੱਖਣਾ ਪਏਗਾ, ਅਤੇ ਜਿਹੜੀਆਂ ਵੈਲਿਊਜ਼ ਨੇ ਜਦੋਂ ਤੁਸੀਂ ਵੈਸਟ ਦੇ ਵਿੱਚ ਆ ਗਏ ਆ ਅਤੇ ਤੁਹਾਨੂੰ ਇਹਦੇ ਤੋਂ ਤੁਸੀਂ ਬਚ ਨਹੀਂ ਸਕਦੇ। ਠੀਕ ਹੈ, ਯੂ ਹੈਵ ਟੂ ਅਡੋਪਟ ਸਮਥਿੰਗ, ਯੂ ਹੈਵ ਟੂ ਡੂ ਸਮਥਿੰਗ। ਜਿੱਦਾਂ ਪੁਰਾਣੀ ਕਹਾਵਤ ਹੈ ਨਾ ਕਿ ਬਈ ਗੰਗਾ ਗਏ ਗੰਗਾ ਰਾਮ ਅਤੇ ਜਮਨਾ ਗਏ ਜਮਨਾ ਦਾਸ, ਇੰਨਾ ਤਾਂ ਨਹੀਂ ਪਰ ਫਿਰ ਵੀ ਸਾਡੇ ਉੱਤੇ ਜਿਹੜਾ ਹੈਗਾ ਕਲਚਰ ਦਾ, ਜਿਹਨੂੰ ਅਸੀਂ ਇਨ ਸੋਸ਼ੀਓਲੋਜੀ ਅਸੀਂ ਇਹਨੂੰ ਕਹਿੰਦੇ ਹਾਂ ਅਸਿਮੀਲੇਸ਼ਨ ਆਫ ਕਲਚਰ, ਠੀਕ ਹੈ, ਉਹ ਸਾਡੇ 'ਤੇ ਪ੍ਰਭਾਵ ਪੈਂਦਾ ਔਰ ਉਸ ਪ੍ਰਭਾਵ ਤੋਂ ਅਸੀਂ ਬਚ ਨਹੀਂ ਸਕਦੇ ਜਿੰਨਾ ਵੀ ਹੈਗਾ ਜੀ। ਪਰ ਸਾਨੂੰ ਉਹਦਾ ਜਿਹੜਾ ਬੇਸਿਕ ਇਹ ਹੈ ਕਿ ਸਾਨੂੰ ਬੱਚਿਆਂ ਦੇ ਨਾਲ ਰਾਬਤਾ ਰੱਖਣਾ ਪਏਗਾ, ਉਹਨਾਂ ਨੂੰ ਦੱਸਣਾ ਪਏਗਾ ਅਸੀਂ ਆਹ ਕੁਛ ਹੈਗੇ ਹਾਂ, ਸਾਡੀਆਂ ਆਹ ਵੈਲਿਊਜ਼ ਨੇ, ਆਪਾਂ ਇਹਨਾਂ ਵੈਲਿਊਜ਼ ਜਿਹੜੇ ਬਾਕੀ ਵੀ ਜਿਹੜੇ
ਜਿਹੜੇ ਦੂਸਰੇ ਲੋਕ ਵੀ ਹੈਗੇ ਜਿਹੜੇ ਇੱਥੇ ਪਹਿਰਾ ਦਿੰਦੇ ਆ, ਆਪਾਂ ਵੀ ਇਹਨਾਂ ਵੈਲਿਊਜ਼ 'ਤੇ ਪਹਿਰਾ ਦੇਈਏ ਜੋ ਸਾਨੂੰ ਬਾਬੇ ਨਾਨਕ ਨੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈਗਾ ਕਿ ਬਈ ਅਸੀਂ ਸਾਰੇ ਬਰਾਬਰ ਹੈ, ਅਤੇ ਉਹ ਚੀਜ਼ਾਂ ਵੀ ਸਾਨੂੰ ਦੱਸਣ ਦੀ ਲੋੜ ਹੈ ਅਤੇ ਆਪਣੇ ਕਲਚਰ ਦਾ ਆਪਣੀਆਂ ਵੈਲਿਊਜ਼ ਜਿਹੜੀਆਂ ਉਹ ਵੀ ਦੱਸਣ ਦੀ ਲੋੜ ਹੈ, ਬਹੁਤ ਜ਼ਰੂਰੀ ਹੈ। ਵਿਸ਼ਾ ਬਹੁਤ ਡੂੰਘਾ ਹੈ, ਮੈਂ ਹੋਰ ਵੀ ਵਿਚਾਰ ਇੱਥੇ ਜਿਹੜੇ ਸਾਡੇ ਨਾਲ ਪੈਨਲਿਸਟ ਮੌਜੂਦ ਹਨ ਅੱਜ ਜਿਨ੍ਹਾਂ ਨੇ ਰਾਬਤਾ ਕਾਇਮ ਕੀਤਾ ਉਹਨਾਂ ਤੋਂ ਜ਼ਰੂਰ ਜਾਣਨਾ ਚਾਹੁੰਦਾ, ਲੇਕਿਨ ਇੱਥੇ ਸਮਾਂ ਸਿਰਫ ਮੈਨੂੰ ਇੱਕ ਨਿੱਕੇ ਜਿਹੇ ਕਮਰਸ਼ੀਅਲ ਰੋਕ ਰਿਹਾ, ਔਰ ਜਦ ਮੈਂ ਕਮਰਸ਼ੀਅਲ ਤੋਂ ਬਾਅਦ ਵਾਪਸ ਆਵਾਂਗਾ ਲਵਾਂਗਾ ਇਹਨਾਂ ਦਾ ਵਿਚਾਰ ਔਰ ਦੇਵਾਂਗਾ ਤੁਹਾਨੂੰ ਕਲੋਜ਼ਿੰਗ ਕਮੈਂਟਸ ਇਹਨਾਂ ਦੇ। ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ ਸੈਲਮਾ ਦੇ ਵਿੱਚ ਬੈਠ ਕੇ ਅਸੀਂ ਅੱਜ ਇਸ ਲਾਈਵ ਮੁੱਦੇ ਨੂੰ ਤੁਹਾਡੀ ਖਿਦਮਤ ਦੇ ਵਿੱਚ ਇਸ ਕਰਕੇ ਲਿਆਉਂਦਾ ਜਿਹੜਾ ਇੰਸੀਡੈਂਟ ਬੇਕਰਸਫੀਲਡ ਦੇ ਵਿੱਚ ਪਰਿਵਾਰ ਦੇ ਨਾਲ ਹੋਇਆ ਸੀਗਾ, ਉਹਦੇ ਲਈ ਸਾਰੀ ਗੱਲਾਂ ਹੋ ਗਈਆਂ ਕਿ ਘਰ ਦੇ ਵਿੱਚ ਅਸੀਂ ਅਜਿਹਾ ਮਾਹੌਲ ਕ੍ਰੀਏਟ ਕਰਨਾ, ਸਾਨੂੰ ਬੱਚੇ ਸਾਡੇ ਨੇ ਓਬਜ਼ਰਵ ਕਰਦੇ ਹਨ, ਬੱਚਿਆਂ ਨਾਲ ਸਾਨੂੰ ਫਰੈਂਡਲੀ ਹੋਣਾ ਚਾਹੀਦਾ, ਇਹ ਸਾਰੀ ਗੱਲਾਂ ਹੋ ਗਈਆਂ। ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਅਫਵਾਹਾਂ ਦਾ ਬਾਜ਼ਾਰ ਗਰਮ ਸੀਗਾ, ਸਾਰਿਆਂ ਨੇ ਆਪਣੇ ਕਮੈਂਟ ਦਿੱਤੇ, ਭਾਵੇਂ ਫੇਸਬੁੱਕ ਹੋਵੇ ਭਾਵੇਂ ਉਹ ਹੋਰ ਸੋਸ਼ਲ ਮੀਡੀਆ ਦੇ ਦਾਇਰੇ ਹੋਣ, ਲੇਕਿਨ ਜਸਟ ਬ੍ਰੋਡਕਾਸਟਿੰਗ ਦੀ ਅੱਜ ਮੁਹਿੰਮ ਹੈ, ਉਹ ਅਸੀਂ ਮੁਹਿੰਮ ਹੈ ਰੱਖੀਏ ਕਿ ਹੁਣ ਗਾਂ ਅਸੀਂ ਰੋਡ ਮੈਪ ਕੀ ਤਿਆਰ ਕਰਨਾ, ਔਰ ਇੱਥੇ ਦੇ ਵਸਨੀਕਾਂ ਨੇ ਇਸ ਪਰਟੀਕੁਲਰ ਏਰੀਆ ਦੇ ਜਿਹੜੇ ਥਿੰਕ ਟੈਂਕ ਹਨ ਉਹਨਾਂ ਨੇ ਕੀ ਸੋਚਿਆ ਔਰ ਕਿਵੇਂ ਇਸ ਹਾਦਸੇ ਨੂੰ, ਕਿਵੇਂ ਇਸ ਇੰਸੀਡੈਂਟ ਨੂੰ ਜੋ ਕਿ ਇਸ ਪਰਿਵਾਰ ਦੇ ਨਾਲ ਹੋਇਆ, ਗਾਂ ਅਗਰ ਕਿਸੇ ਦੇ ਨਾਲ ਹੁੰਦਾ ਕਿਵੇਂ ਰੋਕ ਸਕਦੇ ਹਾਂ। ਅਮਰੀਕ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕੀ ਤਿਆਰ ਕੀਤਾ ਤੁਸੀਂ ਹੁਣ? ਬੇਸਿਕਲੀ ਇਹ ਗੱਲ ਸਹੀ ਹੈ ਕਿ ਵੀ ਇਹ ਜਿਹੜੇ ਇੰਸੀਡੈਂਟਸ ਨੇ ਇਹਨਾਂ ਦੇ ਉੱਤੇ ਅਸੀਂ ਕਮਿਊਨਿਟੀ ਦੇ ਤੌਰ 'ਤੇ ਸਾਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ। ਅਤੇ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਨੇ ਪਿਛਲੇ 25 ਸਾਲਾਂ 'ਚ ਕਾਫੀ ਮੁੱਦੇ ਜਿਹੜੇ ਕਾਫੀ ਪ੍ਰੋਬਲਮ ਜਿਹੜੀਆਂ ਸੋਲਵ ਵੀ ਕੀਤੀਆਂ ਨੇ, ਜਿਹਦੇ ਵਿੱਚ ਬਹੁਤ ਸਾਰੇ ਡਿਫਰੈਂਟ ਫੈਮਿਲੀ ਮੈਟਰਸ ਹੈਗੇ ਨੇ, ਪਰ ਇਹਦੇ ਲਈ ਦੈਟ ਇਜ਼ ਨੋਟ ਸਫੀਸ਼ੀਐਂਟ। ਮੈਨੂੰ ਵੀ ਐਂ ਲੱਗਦਾ ਕਿ ਕੁਛ ਸੱਜਣਾਂ ਦਾ ਵਿਚਾਰ ਵੀ ਇਹ ਹੈ ਕਿ ਬਈ ਇਹਦੇ ਲਈ ਕੋਈ ਨਾ ਕੋਈ ਸਪੈਸ਼ਲ ਕਮੇਟੀ ਜਾਂ ਕੌਂਸਲ ਹੋਣੀ ਚਾਹੀਦੀ ਹੈ ਜਿਹੜੀ ਇਸ ਚੀਜ਼ ਦੇ ਉੱਤੇ ਵਿਚਾਰ ਕਰਕੇ ਇਹਨਾਂ ਇਹੋ ਜਿਹੇ ਇੰਸੀਡੈਂਟਸ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਤਾਂ ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਾਡੇ ਲੋਕਾਂ ਦੀਆਂ, ਖਾਸ ਕਰਕੇ ਪਾਰਟੀਕੁਲਰਲੀ ਹਿੰਦੁਸਤਾਨੀ ਤਾਂ ਹੈ ਹੀ ਨੇ ਨਾ, ਪਰ ਪੰਜਾਬੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਜ਼ਿਆਦਾ ਹਨ ਇਸ ਸਫੀਅਰ ਦੇ ਵਿੱਚ, ਜਿਹਦੇ ਵਿੱਚ ਓਨਰ ਕਿਲਿੰਗ ਅਤੇ ਆਲ ਦੀਸ ਥਿੰਗਸ ਹੈਪਨ। ਠੀਕ ਹੈ, ਇਹਨਾਂ ਨੂੰ ਰੋਕਣ ਲਈ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਜਿਹਦੇ 'ਚ ਕੋਈ ਇਹੋ ਜਿਹੀ ਸੰਸਥਾ ਹੋਵੇ ਜਾਂ ਕੌਂਸਲ ਹੋਵੇ ਜਿਹਦੇ ਕੋਲ ਇਹ ਗੱਲਾਂ ਜਿਹੜੀਆਂ ਉਹ ਪਹੁੰਚਣ। ਅਸੀਂ ਕਾਫੀ ਮਸਲੇ ਹੱਲ ਕੀਤੇ ਨੇ, ਲੇਕਿਨ ਕੁਛ ਲੋਕ ਇਹ ਚਾਹੁੰਦੇ ਨੇ ਕਿ ਵੀ ਸਾਨੂੰ ਪਤਾ ਨਾ ਲੱਗੇ ਕਿ ਵੀ ਸਾਡਾ ਜਿਹੜੀ ਪ੍ਰੋਬਲਮ ਕੀ ਹੈ, ਉਹਨਾਂ ਲਈ ਇੱਕ ਇਹੋ ਜਿਹਾ ਫੋਨ ਹੋਵੇ ਤਾਂ ਕਿ ਉਹ ਜਿਹੜੀ ਉਹਨਾਂ ਦਾ ਮਸਲਾ ਹੈ ਉਹ ਕੌਨਫੀਡੈਂਸ਼ਲੀ ਉਸ ਕਮੇਟੀ ਕੋਲ, ਉਸ ਕੌਂਸਲ ਕੋਲ ਪਹੁੰਚੇ ਅਤੇ ਉਸ ਨੂੰ ਸੋਲਵ ਕਰਨ ਦਾ ਹੱਲ ਕੀਤਾ ਜਾ ਸਕੇ। ਔਰ ਅਸੀਂ ਵੀ ਇਹ ਸੋਚ ਰਹੇ ਹਾਂ ਕਿ ਜਿਹੜੀ ਨੈਕਸਟ ਮੀਟਿੰਗ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੀ ਹੋਏਗੀ ਉਹਦੇ ਵਿੱਚ ਇਹ ਮਸਲਾ ਰੱਖਿਆ ਜਾਏ, ਅਤੇ ਨਾਲ ਦੀ ਨਾਲ ਨਰਦਰਨ ਕੈਲੀਫੋਰਨੀਆ ਅਤੇ ਸਰਦਰਨ ਕੈਲੀਫੋਰਨੀਆ ਨੂੰ ਅਸੀਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਕਿ ਉੱਥੇ ਕੌਂਸਲਾਂ ਬਣਨ ਔਰ ਇਹੋ ਜਿਹੀਆਂ ਕੌਂਸਲਾਂ ਹਰ ਸ਼ਹਿਰ ਦੇ ਵਿੱਚ ਵੀ ਹੋਣ ਅਤੇ ਸਾਡੇ ਜਿਹੜੇ ਏਰੀਆਸ ਹੈਗੇ ਨੇ ਉਹਨਾਂ ਦੇ ਵਿੱਚ ਹੋਣ, ਤਾਂ ਕਿ ਅਸੀਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਕੌਨਫੀਡੈਂਸ਼ੀਅਲ ਖਾਸ ਕਰਕੇ ਹੈਗੀਆਂ ਉਹਨਾਂ ਨੂੰ ਹੱਲ ਕਰ ਸਕੀਏ। ਉਸ ਕੋਈ ਅਜਿਹਾ ਨੰਬਰ ਹੋਵੇ ਜਿਹਦੇ ਉੱਤੇ ਉਹ ਆਪਣਾ ਮੁਸ਼ਕਲ ਦੱਸ ਸਕਣ ਅਤੇ ਉਹਨਾਂ ਨੂੰ ਸੁਝਾਅ ਦਿੱਤੇ ਜਾਣ ਔਰ ਉਸ ਕੌਂਸਲ ਨੂੰ ਉਹਨਾਂ ਨੂੰ ਮਿਲਾਇਆ ਜਾ ਸਕੇ, ਤਾਂ ਕਿ ਉਹਨਾਂ ਦਾ ਜਿਹੜਾ ਨਾਂ ਉਹ ਵੀ ਗੁਪਤ ਰਹੇ ਅਤੇ ਉਹਨਾਂ ਦਾ ਜਿਹੜਾ ਮਸਲਾ ਉਹ ਵੀ ਗੁਪਤ ਰਹੇ। ਸੋ ਇਹਨਾਂ ਚੀਜ਼ਾਂ ਦਾ ਅਸੀਂ ਕੁਛ ਥੋੜ੍ਹਾ ਜਿਹਾ ਵਿਚਾਰ ਕਰ ਰਹੇ ਹਾਂ ਸੋ ਫਾਰ। ਅੱਗੇ ਤਾਂ ਹਰ ਇੱਕ ਜਿਹੜੇ ਇਲਾਕੇ ਦੇ ਸੰਗਤ ਹੈਗੀ ਆ, ਉੱਥੇ ਦੇ ਲੋਕ ਨੇ, ਇੰਡੀਅਨ ਲੋਕ ਬਹੁਤ ਨੇ, ਪੰਜਾਬੀ ਬਹੁਤ ਨੇ, ਹਰ ਥਾਂ ਹੈਗੇ ਨੇ ਹੁਣ, ਅਤੇ ਉੱਥੇ ਉੱਥੇ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹਨਾਂ ਜਿਹੜੀਆਂ ਇਹੋ ਜਿਹੀਆਂ ਪ੍ਰੋਬਲਮਸ ਹੈਗੀਆਂ ਇਹਨਾਂ ਦੇ ਉੱਤੇ ਅਗਾਂਹ ਲਈ ਕਾਬੂ ਪਾਇਆ ਜਾ ਸਕੇ। ਜਿਹੜੇ ਸੱਜਣ ਸਾਡੇ ਇਹ ਚੀਜ਼ਾਂ ਸਾਹਮਣੇ ਉਹਨਾਂ ਦੇ ਆਉਂਦੀਆਂ ਨੇ ਉਹਨਾਂ ਨੂੰ ਤਸੱਲੀ ਵੀ ਮਿਲੇ ਅਤੇ ਉਹਨਾਂ ਦਾ ਹੱਲ ਵੀ ਹੋ ਸਕੇ। ਠੀਕ ਹੈ, ਸੋ ਇਹ ਚੀਜ਼ਾਂ ਨੇ। ਅਤੇ ਅੱਜ ਇਹੀ ਜਸ ਬ੍ਰੋਡਕਾਸਟਿੰਗ ਦਾ ਵੀ ਟੀਚਾ ਸੀਗਾ ਕਿ ਸਵਾਲਾਂ ਦੀ ਵਿਚਾਰ ਨਾ ਕਰਕੇ ਕਿ ਕਿਉਂ ਹੋਇਆ ਕਿਉਂ ਹੋਇਆ ਕਿਉਂ ਹੋਇਆ, ਅੱਜ ਇਹ ਸਵਾਲ ਨਹੀਂ ਕੀਤੇ ਗਏ, ਇਹ ਕਿਵੇਂ ਰੋਕਿਆ ਜਾ ਸਕਦਾ ਸੀਗਾ, ਸਾਡਾ ਵੀ ਅੱਜ ਇਹੀ ਟੀਚਾ ਸੀਗਾ। ਸਾਡੇ ਜਸ ਬ੍ਰੋਡਕਾਸਟਿੰਗ ਦਾ ਹਮੇਸ਼ਾ ਇਹੀ ਇਹਨਾਂ ਦੀ ਮੁਹਿੰਮ ਰਹਿੰਦੀ ਹੈ ਸਾਡੀ ਪੂਰੀ ਟੀਮ ਦੀ ਕਿ ਅਸੀਂ ਪਰਟੀਕੁਲਰ ਜਿਹੜੀ ਲੋਕੇਸ਼ਨ ਹੈ ਉੱਥੇ ਜਾਈਏ, ਉੱਥੇ ਦੇ ਲੋਕਾਂ ਨਾਲ ਗੱਲ ਕਰੀਏ ਔਰ ਉਹਨਾਂ ਨੂੰ ਦੱਸੀਏ ਕਿ ਤੁਹਾਡੀ ਸਿਟੀ ਦੇ ਵਿੱਚ ਇਹ ਹੋਇਆ, ਹੁਣ ਤੁਸੀਂ ਕੀ ਰੋਡ ਮੈਪ ਤਿਆਰ ਕੀਤਾ, ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ, ਕਿਉਂਕਿ
लगता है कि जो इन्होंने विचार तुहाडे नाल सांझे कीते हन वह कलू तुहाडे टाउन दे विच वी हो सकता है, तो तुसी रोक सकते हो और उन्हों तुसी अगे अपने मेजर स्टैप जिहड़े ने वह लै सकते हो। तो जस्ट ब्रॉडकास्टिंग एक मुहिम होर भी शुरू कर रहे कि जिवें असीं तुहानूं दस रहे कि वक् वक् टाउनां दे विच जाके असीं मसला कर रहे हैं, लेकिन यह जिहड़ा विशा बहुत डूंगा है, इहदे उत्ते विचार करना लाजमी हैगा। तो बेकरसफील्ड दे जिहड़े लोकल वसनीक हैं उन्होंने एक डॉक्टर मनबीर सिंह जो कि सोशल एक्टिविस्ट हैं कम्यूनिटी लीडर हैं उस एरिया दे, वो भी साढ़े नाल शमूलियत करनगे क्योंकि विशा जब मैं तुहानूं दस रहा कि डूंगा है तो विचार उन्होंने भी लैने जरूरी हैं कि उन्होंने बेकरसफील्ड दे हुण किस तरीके के स्टैप्स उठाए हैं। लेकिन वो मुद्दा असीं तुहानूं जरूर दिखावांगे सोमवार नूं मंडे नूं, वो इसी टाइम असीं जरूर रखांगे, उन्हां दा भी विचार आपां जरूर लवांगे, वो साडे नाल जुड़नगे राबता कायम करनगे। लेकिन जेकर तुसीं अपने कोई सुझाव देना चाहुंदे हो, तुसीं अज इस प्रोग्राम दे राहीं अपने फीडबैक सानूं देना चाहुंदे हो, तो मैनूं मेल कर सकदे हो हेठ लिखी ईमेल आई डी दे उत्ते info@justbroadcasting.com harkeerat@justbroadcasting.com दे उत्ते। आए हुए सारे मेहमानां दा पैनलिस्ट मेरे नाल अमरीक सिंह विरक जी जुड़े सके, तुहाडा बहुत बहुत धन्यवाद, तुसी कीमती समा कट के साडे कोल पहुँचे, शमूलियत की और अपने विचार साडे नाल सांझे कीते। सो मैं सीगा हरकीरत सिंह आलूवालिया विद डायरैक्टर दीपक दीमान ते असिस्टेंट डायरैक्टर सुख सांगा दे नाल सलमा तो जस पंजाबी दे लई।